ਬਠਿੰਡੇ ਦੇ ਵਿੱਚ ਮੈਂ ਨਾਂ ਤਾਂ ਨਹੀਂ ਲਊਂਗਾ, ਸਮਝਣਗੇ ਜੋ ਵੀ ਸੁਣਨਗੇ ਤਾਂ। ਤਿੰਨ ਚਾਰ ਪੱਤਰਕਾਰਾਂ ਨੂੰ ਮੈਂ ਅਜਿਹਿਆਂ ਨੂੰ ਜਾਣਦਾ ਜੋ ਆਪਦੇ ਆਪ ਨੂੰ ਬੜੇ ਪੱਤਰਕਾਰ ਕਹਾਏ ਉਹਨਾਂ ਨੇ, ਪਰ ਮੈਂ ਪੱਤਰਕਾਰ ਨਹੀਂ ਕਹਿੰਦਾ ਉਹਨਾਂ ਨੂੰ ਜੀ। ਕੰਮ ਕੀਤਾ ਉਹਨਾਂ ਨੇ, ਉਹ ਕੋਈ ਗੋਲ ਗੱਪੇ ਦੀ ਰੇਹੜੀ ਲਾਉਂਦਾ ਸੀ, ਕੋਈ ਬਰਗਰ ਦੀ ਰੇਹੜੀ ਲਾਉਂਦਾ ਸੀ, ਕੋਈ ਸਾਈਕਲ ਨੂੰ ਪੈਂਚਰ ਲਾਉਂਦਾ ਸੀ, ਅਤੇ ਕੋਈ ਲਾਟਰੀਆਂ ਵੇਚਦਾ ਸੀ। ਅੱਛਾ, ਉਹ ਲੈ ਲਿਆ 150 ਦਾ ਤੂਤੂ, 5000 ਦਾ ਮੋਬਾਈਲ, ਅਤੇ ਅਸੀਂ ਪੱਤਰਕਾਰ ਹਾਂ ਜੀ। ਨਹੀਂ, ਕੰਟੈਂਟ ਕ੍ਰੀਏਟਰ ਦੇ ਪੱਤਰਕਾਰ 'ਚ ਕੀ ਫਰਕ ਰਹੇਗਾ? ਦੇਖੋ, ਪੱਤਰਕਾਰ ਸਮਾਜ ਨੂੰ ਸਮਝਦਾ, ਸਮਾਜ ਦੀ ਪ੍ਰੋਬਲਮ ਨੂੰ ਸਮਝਦਾ, ਫਿਰ ਉਹਦੇ 'ਤੇ ਖਬਰ ਲਿਖਦਾ ਸਾਰੇ ਪਹਿਲੂਆਂ ਨੂੰ ਜਾਣ ਕੇ, ਫਿਰ ਉਹਦੇ 'ਤੇ ਖਬਰ ਬਣਦੀ ਹੈ, ਉਹ ਸਾਰੇ ਪਹਿਲੂਆਂ ਨੂੰ ਪੇਸ਼ ਕਰਦਾ। ਅਤੇ ਜਿਹੜਾ ਕੰਟੈਂਟ ਕ੍ਰੀਏਟਰ ਹੁੰਦਾ, ਜਿਹੜੇ ਅੱਜ ਕੱਲ੍ਹ ਯੂਟਿਊਬਰ ਨੇ, ਉਹਨਾਂ ਨੇ ਕਿਤੇ ਕੋਈ ਰੌਲਾ ਪੈ ਰਿਹਾ ਤਾਂ ਬਸ ਬਸ ਵੀਡੀਓ ਜਰਨਲਿਸਟ ਹੁੰਦਾ ਤਾਂ ਉਹ ਉਹਨਾਂ ਦੀ ਬਾਈਟ ਰਿਕਾਰਡ ਕਰਦਾ, ਸ਼ਾਰਟਸ ਕਰਦਾ, ਜਿੰਦਾਬਾਦ ਮੁਰਦਾਬਾਦ ਦੇ। ਫਿਰ ਜਿਨ੍ਹਾਂ ਦੇ ਖਿਲਾਫ ਧਰਨਾ ਹੁੰਦਾ ਉਹਨਾਂ ਕੋਲ ਜਾਂਦਾ, ਉਹਨਾਂ ਦੇ ਵਿਊਜ਼ ਲੈਂਦਾ ਵੀ ਉਹਨਾਂ ਨੇ ਤੁਹਾਡੇ 'ਤੇ ਆਹ ਇਲਜ਼ਾਮ ਲਾਏ ਆ, ਤੁਹਾਡਾ ਕੀ ਕਹਿਣਾ? ਨਹੀਂ, ਫਿਰ ਮੰਨ ਲਓ ਫਿਰ ਮਾਣਹਾਨੀ ਦਾ ਕੇਸ ਵੀ ਤਾਂ ਹੁੰਦੇ ਨਹੀਂ ਨਾ? ਮੰਨ ਲਓ ਜੇ ਆਪਾਂ ਗੱਲ ਕਰੀਏ ਕਿਸੇ ਦੀ ਮਾਣ ਮਾਂ ਨੂੰ ਹਾਨੀ ਹੋ ਗਈ, ਮੰਨ ਲਓ ਕਿਸੇ ਦੇ ਵਿਰੁੱਧ ਧਰਨਾ ਲਾ ਗਿਆ, ਪੱਤਰਕਾਰ ਨੇ ਖਬਰ ਲਾ ਦਿੱਤੀ ਬਿਨਾਂ ਉਹਦੀ ਬਾਈਟ ਲਾਏ, ਤਾਂ ਫਿਰ ਮਾਣਹਾਨੀ ਦੇ ਵੀ ਕੇਸ ਤਾਂ ਨਹੀਂ ਹੁੰਦੇ, ਕਿਉਂ ਨਹੀਂ ਹੁੰਦੇ? ਤੁਸੀਂ ਅੱਜ ਦੇਖ ਲਓ, ਕਿਸੇ ਦਾ ਕੋਈ ਵੀਡੀਓ ਪਾ ਲਓ ਅਤੇ ਆਪਾਂ ਨਾ ਅਕਸਰ ਚੈੱਕ ਕਰਦੇ ਹਾਂ, ਚਾਹੇ ਕੋਈ ਚੰਗੀ ਵੀਡੀਓ ਹੋਵੇ ਚਾਹੇ ਮਾੜੀ ਹੋਵੇ, ਉਹ ਇਹ ਨਹੀਂ ਦੇਖਦੇ। ਕੁਝ ਬੰਦੇ ਅਜਿਹੇ ਬੈਠੇ, ਉਹ ਲੱਖਾਂ ਦੀ ਤਾਦਾਦ 'ਚ ਗਿਣਤੀ, ਥੋੜ੍ਹੇ ਨਹੀਂ ਲੱਖਾਂ ਦੀ ਤਾਦਾਦ 'ਚ ਹੈ, ਵੀ ਜਿਹੜਿਆਂ ਨੇ ਕਿਸੇ ਕਿਸਮ ਦੀ ਵੀਡੀਓ ਆ ਜਾਏ ਉਹਨਾਂ ਨੇ ਗਲਤ ਕਮੈਂਟੀ ਕਰਨਾ, ਗਾਲ ਹੀ ਕੱਢਣੀ ਹੈ। ਬਠਿੰਡੇ ਉਸ ਟਾਈਮ ਦਾ ਬਹੁਤ ਹੀ ਮਸ਼ਹੂਰ ਸਟੂਡੀਓ ਹੁੰਦਾ ਸੀ, ਸਿੰਘ ਸਟੂਡੀਓ, ਉਹਨਾਂ ਤੋਂ ਮੈਂ ਕੈਮਰਾ ਟ੍ਰੇਨਿੰਗ ਲਈ। ਕੁਛ ਦੇਰ ਟ੍ਰੇਨਿੰਗ ਤੋਂ ਬਾਅਦ ਉਹਨਾਂ ਕੋਲ ਸੀ ਦੂਰਦਰਸ਼ਨ ਦੀ ਸਟਿੰਗਰਸ਼ਿਪ, ਅਤੇ ਉਸ ਵੇਲੇ ਕੈਮਰਾ ਹੁੰਦਾ ਸੀ ਦੂਰਦਰਸ਼ਨ ਲਈ ਯੂਜ਼ ਕਰਨ ਲਈ, ਬੀਟਾ 537। ਮੇਰੀ ਹਾਈਟ ਵੀ ਠੀਕ ਹੀ ਹੈ ਅਤੇ ਉਸ ਵੇਲੇ ਏਜ ਵੀ ਠੀਕ ਹੀ ਸੀ, 20-22 ਸਾਲ, ਬਸ 22-23 ਸਾਲ। ਮੇਰਾ ਵੇਟ 25 ਕਿਲੋ ਸੀ ਅਤੇ ਕੈਮਰੇ ਦਾ ਵੇਟ 28 ਕਿਲੋ ਸੀ ਵਿਦ ਬੈਟਰੀ। ਵੀਡੀਓ ਐਲਬਮ ਦਾ ਦੌਰ ਸ਼ੁਰੂ ਹੋਇਆ ਉਸ ਵੇਲੇ, ਬਲਕਾਰ ਸਿੱਧੂ, ਗੋਰਾ ਚੱਕਵਾਲਾ, ਅਮਰਤਾ ਵਿਰਕ, ਹਰਦੇਵ ਮਾਹੀ ਨੰਗਲ, ਬਠਿੰਡੇ ਦੀਆਂ ਦੋ ਮਸ਼ਹੂਰ ਕੰਪਨੀਆਂ ਰਹੀਆਂ, ਆਨੰਦ ਮਿਊਜ਼ਿਕ ਕੰਪਨੀ ਅਤੇ ਗੋਰਾ ਮਿਊਜ਼ਿਕ ਕੰਪਨੀ। ਇਹਨਾਂ ਦਾ ਕੰਮ ਉਹ ਸਿੰਘ ਸਟੂਡੀਓ ਵਾਲੇ ਕਰਦੇ ਹੁੰਦੇ ਸੀ। ਇਹ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਉੱਥੇ ਮੇਰੀ ਮੁਲਾਕਾਤ ਸਰਦਾਰ ਸਵਰਨ ਸਿੰਘ ਦਾਨੇਵਾਲੀ ਆ, ਜੋ ਪੰਜਾਬ ਹੀ ਨਹੀਂ ਆਪਾਂ ਇੰਡੀਆ ਦੇ ਮੋਸਟ ਸੀਨੀਅਰ ਜਰਨਲਿਸਟ ਕਹਿ ਸਕਦੇ ਜੀ। ਉਹਨਾਂ ਨਾਲ ਮੁਲਾਕਾਤ ਹੀ, ਉਹਨਾਂ ਨੇ ਮੇਰਾ ਕੈਮਰਾ ਵਰਕ ਦੇਖਿਆ, ਮੈਨੂੰ ਕਹਿੰਦੇ ਵੀ ਕਿਸੇ ਤੂੰ ਚੈਨਲ 'ਚ ਕਿਉਂ ਨਹੀਂ ਕੰਮ ਕਰ ਰਿਹਾ? ਤਾਂ ਉਸ ਵੇਲੇ ਪੰਜਾਬ ਦੇ ਵਿੱਚ ਪਹਿਲੀ ਵਾਰੀ ਪੰਜਾਬ ਟੂਡੇ ਨਿਊਜ਼ ਚੈਨਲ, ਪੰਜਾਬ ਦਾ ਪਹਿਲਾ ਚੈਨਲ ਸੀ ਜਿਹੜਾ 24 ਘੰਟੇ ਖਬਰ ਜੀ, ਉਹ ਲਾਂਚ ਹੋਇਆ ਸੀ। ਤਾਂ ਦਾਨੇਵਾਲੇ ਸਾਹਿਬ ਮੈਨੂੰ ਉੱਥੇ ਲੈ ਗਏ। ਠੀਕ ਹੈ, ਗੁਜ਼ਾਰਾ ਹੋ ਰਿਹਾ, ਪਰ ਕੈਮਰਾਮੈਨ ਤੋਂ ਜਿੰਨਾ ਕੰਮ ਲਿਆ ਜਾਂਦਾ ਹੈ, ਕੈਮਰਾਮੈਨ ਦੀ ਜਿੱਡੀ ਵੱਡੀ ਜ਼ਿੰਮੇਵਾਰੀ ਹੈ, ਓਨੀ ਤਨਖਾਹ ਨਹੀਂ ਦਿੱਤੀ ਜਾਂਦੀ। ਵੱਡੇ ਅਦਾਰੇ ਵੀ ਨਹੀਂ ਦਿੰਦੇ? ਨਹੀਂ, ਕੋਈ ਕਿਸੇ ਅਦਾਰੇ ਨੇ ਓਨੀ ਤਨਖਾਹ ਨਹੀਂ ਦਿੱਤੀ, ਕਿਉਂ ਕੈਮਰਾਮੈਨ ਦੀ ਡਿਊਟੀ ਲਗਭਗ ਆਪਾਂ ਕਹਿ ਸਕਦੇ ਹਾਂ 24 ਘੰਟੇ। ਉਸ ਵੇਲੇ ਫਾਈਲਾਂ ਜਾਂਦੀਆਂ ਹੁੰਦੀਆਂ, ਪਹਿਲਾਂ ਤਾਂ ਸਟਾਰਟਿੰਗ 'ਚ ਤਾਂ ਟੇਪ ਜਾਂਦੀ ਹੁੰਦੀ ਸੀ ਕੋਰੀਅਰ ਪੰਜਾਬ ਟੂਡੇ ਵੇਲੇ, ਤਾਂ ਚਲੋ 2006-07 'ਚ ਆ ਕੇ ਸ਼ੁਰੂ ਹੋਇਆ ਦੌਰ ਇੰਟਰਨੈੱਟ ਦਾ, ਜਿਹਦੇ 'ਚ FTP ਰਾਹੀਂ ਫਾਈਲਾਂ ਜਾਂਦੀਆਂ ਸੀ, ਤਾਂ ਫੀਡ ਭੇਜਣ 'ਤੇ ਵੀ 2-3 ਘੰਟੇ ਦਾ ਸਮਾਂ ਲੱਗ ਜਾਂਦਾ ਸੀ। ਹੁਣ ਰਾਤ ਨੂੰ 10 ਵਜੇ ਬੰਦਾ ਗਿਆ, ਕੋਈ ਐਕਸੀਡੈਂਟ ਹੋਇਆ, ਉਹਨੂੰ ਕਵਰ ਕਰਕੇ 11 ਵਜੇ ਔਫਿਸ ਆਇਆ, 11 ਤੋਂ 2-3 ਵਜੇ ਤੱਕ ਉਹਨੇ ਫੀਡ ਭੇਜੀ, 4 ਵਜੇ ਘਰ ਜਾ ਕੇ ਸੁੱਤਾ, ਸਵੇਰੇ 7 ਵਜੇ ਦਿਨ ਫਿਰ ਕੋਈ ਐਕਸੀਡੈਂਟ ਹੋ ਗਿਆ, ਫਿਰ ਉੱਥੇ ਖੜ੍ਹਾ, ਕਿਉਂਕਿ ਕੈਮਰਾਮੈਨ ਤਾਂ ਇੱਕ ਹੈ। ਨੈਸ਼ਨਲ ਦੇ ਵਿੱਚ ਵੀ ਹੈਗੀ ਹੈ ਵੀ, ਰਿਪੋਰਟਰ ਤਾਂ ਬਹੁਤ ਘੱਟ ਜਾਂਦਾ, ਜਿੱਥੇ ਉਹਨੂੰ ਪਤਾ ਵੀ ਮੈਂ ਕੈਮਰੇ ਫੇਸ ਕਰਨਾ, ਮੈਂ ਪੀਸ ਟੂ ਕੈਮਰਾ ਕਰਨਾ, ਉੱਥੇ ਜਾਂਦਾ, ਨਹੀਂ ਤਾਂ ਕੈਮਰਾਮੈਨ ਇਕੱਲਾ ਜਾਂਦਾ ਸਟੋਰੀ ਕਰਕੇ, ਹੁਣ ਆ ਕੇ ਉਹ ਫੈਕਟਸ ਦੱਸ ਦਿੰਦਾ, ਵਾਇਸ ਓਵਰ ਹੋ ਜਾਂਦਾ, ਕਿਉਂਕਿ ਸਰਕਾਰੀ ਕੰਮ ਸੀਗੇ ਸਾਰੇ, ਸਰਕਾਰੀ ਕਵਰੇਜ ਕਰਨੀ ਹੁੰਦੀ ਸੀ, ਤਾਂ ਬਕਾਇਦਾ DC ਨੂੰ ਕਿਹਾ ਜਾਂਦਾ ਜੀ ਟੇਪ ਜਲੰਧਰ ਪਹੁੰਚਾਉਣੀ ਹੈ, ਤਾਂ ਬਕਾਇਦਾ DC ਗੱਡੀ ਭੇਜਦੀ, ਸਪੈਸ਼ਲ ਕਾਰ ਜਲੰਧਰ ਜਾ ਕੇ ਟੇਪ ਫੜਾ ਕੇ। ਅਤੇ ਜਿਹੜਾ ਅੱਜ ਦਾ ਦੌਰ ਆ, ਅੱਜ ਇੰਨਾ ਫਾਸਟ ਆ ਵੀ ਬੰਦੇ ਨੇ ਅਜੇ ਡਕਾਰ ਲਿਆ ਹੁੰਦਾ ਅਤੇ ਉਲਟੀ ਦੀ ਖਬਰ ਪਹਿਲਾਂ ਲੱਗ ਜਾਂਦੀ ਵੀ ਬੰਦੇ ਨੇ ਫਲਾਣੇ ਉਲਟੀ ਕਰਤੀ ਹੈ, ਇਹਨੂੰ ਕੀ ਕਹੋਗੇ? ਮਤਲਬ ਇਹਦਾ ਫਾਇਦਾ ਅਤੇ ਨੁਕਸਾਨ ਹੈ?
ਗੱਲ ਉੱਥੇ ਵੀ ਆਉਂਦੀ ਹੈ ਜਦੋਂ ਤਨਖਾਹਾਂ ਖਰਚੇ ਘੱਟ ਹੁੰਦੇ ਆ ਤਾਂ ਰਿਪੋਰਟਰ ਵੀ ਸੋਚਦਾ ਵੀ ਯਾਰ ਕਿਉਂ ਨਾ ਮੈਂ ਏ ਸੀ ਵਾਲੇ ਕਮਰੇ 'ਚ ਬੈਠ ਕੇ ਇੱਧਰੋਂ ਫੋਨ ਕਰਾਂ ਜਾਣਕਾਰੀ ਲੈ ਲਵਾਂ, ਇੱਧਰੋਂ ਫੋਨ ਕਰਾਂ ਜਾਣਕਾਰੀ ਲੈ ਲਵਾਂ, ਅਤੇ ਮੈਂ ਇੱਥੇ ਬੈਠਾਂ ਸਾਰ ਦਿਆਂ ਮੇਰਾ ਪੈਟਰੋਲ ਬਚ ਜੂ ਕਿਉਂਕਿ ਤਨਖਾਹ ਘੱਟ ਆ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਪ੍ਰੀਤ ਕੋਟਲੇ ਅਤੇ ਤੁਸੀਂ ਦੇਖ ਰਹੇ ਹੋ ਕੋਟਲੀ ਪੌਡਕਾਸਟ। ਕੋਟਲੀ ਪੌਡਕਾਸਟ ਦੇ ਵਿੱਚ ਅੱਜ ਮੇਰੇ ਨਾਲ ਹੋਣਗੇ ਰਮਨ ਗਿੱਲ। ਰਮਨ ਗਿੱਲ ਜਿਨ੍ਹਾਂ ਦਾ ਵੱਡਾ ਤਜਰਬਾ, ਲਗਭਗ 25 ਸਾਲ ਇਹਨਾਂ ਨੇ ਕੈਮਰਾ ਜਿਹੜਾ ਹੈਗਾ ਚਲਾਇਆ, ਮਤਲਬ ਕਿ ਵੱਡੇ ਵੱਡੇ ਚੈਨਲਾਂ 'ਤੇ, ਨੈਸ਼ਨਲ ਹੋ ਗਏ ਚਾਹੇ ਆਪਾਂ ਕਹੀਏ ਲੋਕਲ ਚੈਨਲ ਆ। ਰਮਨ ਸਵਾਗਤ ਆ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਸਾਡਾ ਜਿਹੜਾ ਹੈਗਾ ਮੇਨ ਮਕਸਦ ਹੋਊਗਾ ਪੱਤਰਕਾਰਤਾ ਅਤੇ ਕੈਮਰਾਮੈਨ ਦੀ ਜ਼ਿੰਦਗੀ। ਪਹਿਲੀ ਗੱਲ ਤਾਂ ਤੁਸੀਂ ਦੇਖੋ ਵੀ ਅੱਜ ਦੇਖਿਆ ਜਾਵੇ ਅੱਜ ਦੇ ਪੱਤਰਕਾਰਾਂ ਦੇ ਵਿੱਚ ਅਤੇ ਅੱਜ ਤੋਂ 25 ਸਾਲ ਦੇ ਪਹਿਲਾਂ ਦੇ ਪੱਤਰਕਾਰਾਂ ਦੇ ਵਿੱਚ, ਮਤਲਬ ਲਗਭਗ ਤੁਸੀਂ 2.5 ਦਹਾਕੇ ਦੇਖ ਲਿਆ ਹੈ ਨਾ, ਅਤੇ ਕਿੱਦਾਂ ਕਿੱਦਾਂ ਜਿਹੜਾ ਹੈਗਾ ਇਹ ਇੰਪਰੂਵਮੈਂਟ ਆ ਨਿਗਾਰ ਹੈ, ਕੀ ਕਹੋਗੇ ਜੀ? ਜੇ ਆਪਾਂ ਗੁਰਪ੍ਰੀਤ ਜੀ ਇਹ ਗੱਲ ਕਰ ਲਈਏ ਵੀ ਅੱਜ ਦੇ ਪੱਤਰਕਾਰ ਅਤੇ ਅੱਜ ਤੋਂ 20 ਸਾਲ ਜਾਂ 25 ਸਾਲ ਪਹਿਲਾਂ ਦੇ ਪੱਤਰਕਾਰ ਦੇ ਵਿੱਚ ਕੀ ਫਰਕ ਸੀ, ਤਾਂ ਜ਼ਮੀਨ ਅਸਮਾਨ ਦਾ ਫਰਕ ਹੈ। ਮਤਲਬ ਉਸ ਵੇਲੇ ਪੱਤਰਕਾਰ ਹੁੰਦੇ ਸੀ ਜਿਨ੍ਹਾਂ ਨੂੰ ਆਪਾਂ ਪੱਤਰਕਾਰ ਮੰਨਦੇ ਸੀ, ਜਿਨ੍ਹਾਂ ਕੋਲ ਸਮਾਜ ਦੀ ਸੋਝੀ ਸੀ, ਸਮਝ ਸੀ, ਤਜਰਬਾ ਸੀ ਅਤੇ ਪੜ੍ਹਾਈ ਲਿਖਾਈ ਵੀ ਸੀ ਜੀ। ਕਿਸੇ ਤਰੀਕੇ ਨਾਲ ਪ੍ਰੋਫੈਸ਼ਨ 'ਚ ਆਉਂਦੇ ਸੀ, ਪੱਤਰਕਾਰਤਾ ਕਰਦੇ ਸੀ, ਅਖਬਾਰ ਵੀ ਥੋੜ੍ਹੇ ਸੀ ਅਤੇ ਚੈਨਲ ਤਾਂ ਨਾ ਮਾਤਰੀ ਸੀ। ਜੇ ਅੱਜ ਤੋਂ 25 ਸਾਲ ਪਿੱਛੇ ਚਲੇ ਜਾਈਏ, ਨੈਸ਼ਨਲ ਚੈਨਲ 1-2 ਹੁੰਦੇ ਸੀ, ਆਜ ਤੱਕ ਜਾਂ ਸਟਾਰ ਨਿਊਜ਼ ਪੰਜਾਬ ਦਾ ਚੈਨਲ ਤਾਂ ਕੋਈ ਹੁੰਦਾ ਹੀ ਨਹੀਂ ਸੀ, ਜਾਂ ਰੀਜਨਲ ਚੈਨਲ ਤਾਂ ਹੁੰਦੇ ਨਹੀਂ ਸੀ ਕਿਸੇ ਵੀ ਸਟੇਟ ਦੇ। ਤਾਂ ਉਸ ਵੇਲੇ ਅਖਬਾਰ ਵੀ ਥੋੜ੍ਹੇ ਸੀ, ਕੁਛ ਕੁ ਗਿਣਤੀ ਦੇ 2-3 ਅਖਬਾਰ ਪੰਜਾਬੀ ਦੇ ਸੀ, 1-2 ਹਿੰਦੀ ਦੇ ਸੀ ਅਤੇ 2-3 ਕੋਈ ਇੰਗਲਿਸ਼ ਦੇ ਅਖਬਾਰ ਸੀਗੇ। ਉਹਨਾਂ ਦੀ ਥੋੜ੍ਹੇ ਥੋੜ੍ਹੇ ਪੱਤਰਕਾਰ ਹੁੰਦੇ ਸੀਗੇ ਜਿਹੜੇ ਪੜ੍ਹ ਲਿਖ ਕੇ ਤਜਰਬੇ ਮੁਤਾਬਕ ਆਉਂਦੇ ਸੀ। ਹੌਲੀ 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 ਇਸ ਚੀਜ਼ 'ਚ ਵਾਧਾ ਹੁੰਦਾ ਗਿਆ, ਅਖਬਾਰ ਅਤੇ ਚੈਨਲ ਵੀ ਵੱਧਦੇ ਗਏ ਅਤੇ ਪੱਤਰਕਾਰਾਂ ਦੀ ਗਿਣਤੀ ਵੀ ਵੱਧਦੀ ਗਈ। ਪਰ ਪਿਛਲੇ 5-7 ਜਾਂ 10 ਸਾਲਾਂ ਤੋਂ ਕਹਿ ਦਈਏ, 5-7 ਜ਼ਿਆਦਾ ਤਾਂ 5-7 ਸਾਲ ਹੀ ਹੋਏ ਆ ਜੀਓ ਕ੍ਰਾਂਤੀ ਬਾਅਦ 5-7 ਸਾਲਾਂ ਬਾਅਦ ਪੱਤਰਕਾਰਤਾ ਦੇ ਵਿੱਚ ਅਜਿਹੇ ਲੋਕਾਂ ਦੀ ਆਮਦ ਹੋਊਗੀ ਜਿਹੜੇ ਆਪ ਬਣੇ ਪੱਤਰਕਾਰ, ਮਤਲਬ ਆਪੇ ਬਣੇ ਪੱਤਰਕਾਰ। ਨਾ ਤਾਂ ਉਹਨਾਂ ਦਾ ਤਜਰਬਾ, ਨਾ ਉਹਨਾਂ ਕੋਲ ਕੋਈ ਐਕਸਪੀਰੀਅੰਸ, ਨਾ ਕੋਈ ਡਿਗਰੀ, ਨਾ ਡਿਪਲੋਮਾ, ਨਾ ਕੋਈ ਚੱਜ ਦਾ ਅਦਾਰਾ, ਆਪੇ ਪੱਤਰਕਾਰ ਬਣ ਗਏ। ਮੈਂ ਆਪਾਂ ਜਦੋਂ ਆਫ ਕੈਮਰਾ ਬੈਠੇ ਸੀ ਤਾਂ ਇੱਕ ਗੱਲ ਚੱਲ ਰਹੀ ਸੀ, ਤੁਸੀਂ ਹੱਸੇ ਵੀ, ਮੈਂ ਬਠਿੰਡੇ ਦੀ ਗੱਲ ਕਰੂੰਗਾ ਕਿਉਂਕਿ ਜ਼ਿਆਦਾਤਰ ਮੇਰੀ ਜਿਹੜੀ ਜੋਬ ਰਹੀ ਉਹ ਬਠਿੰਡੇ 'ਚ ਹੀ ਰਹੀ ਅਤੇ ਬਠਿੰਡੇ 'ਚ ਹੀ ਵਿਚਰਿਆ ਮੈਂ 22-23 ਸਾਲ ਜੀ। ਬਠਿੰਡੇ ਦੇ ਵਿੱਚ ਮੈਂ ਨਾਂ ਤਾਂ ਨਹੀਂ ਲਊਂਗਾ, ਸਮਝਣਗੇ ਜੋ ਵੀ ਸੁਣਨਗੇ, ਤਾਂ 3-4 ਪੱਤਰਕਾਰਾਂ ਨੂੰ ਮੈਂ ਅਜਿਹਿਆਂ ਨੂੰ ਜਾਣਦਾ ਜੋ ਆਪਦੇ ਆਪ ਨੂੰ ਬੜੇ ਪੱਤਰਕਾਰ ਕਹਾਏ ਉਹਨਾਂ ਨੇ, ਪਰ ਮੈਂ ਪੱਤਰਕਾਰ ਨਹੀਂ ਕਹਿੰਦਾ ਉਹਨਾਂ ਨੂੰ ਜੀ। ਕੰਮ ਕੀਤਾ ਉਹਨਾਂ ਨੇ, ਉਹ ਕੋਈ ਗੋਲ ਗੱਪੇ ਦੀ ਰੇਹੜੀ ਲਾਉਂਦਾ ਸੀ ਜੀ, ਕੋਈ ਬਰਗਰ ਦੀ ਰੇਹੜੀ ਲਾਉਂਦਾ ਸੀ, ਕੋਈ ਸਾਈਕਲ ਨੂੰ ਪੈਂਚਰ ਲਾਉਂਦਾ ਸੀ ਅਤੇ ਕੋਈ ਲਾਟਰੀਆਂ ਵੇਚਦਾ ਸੀ। ਅੱਛਾ, ਅਤੇ ਉਹ ਮਤਲਬ ਸਾਰੇ ਪੱਤਰਕਾਰ ਬਣ ਗਏ, ਉਹ ਆਪਦੇ ਆਪ ਨੂੰ ਪੱਤਰਕਾਰ ਕਹਾਉਂਦੇ, ਪੱਤਰਕਾਰ ਬਣ ਗਏ। 1-2 ਨੇ ਤਾਂ ਚੰਗੇ ਚੈਨਲਾਂ 'ਚ ਕੰਮ ਵੀ ਕੀਤਾ, 1-2 ਜਿਹੜੇ ਉਹ ਆਪ ਮੁਹਾਰੇ ਪੱਤਰਕਾਰ ਵੀ ਯੂਟਿਊਬਰ, ਯੂਟਿਊਬ ਆਪਦਾ ਉਹ ਲੈ ਲਿਆ 150 ਦਾ ਤੂਤੂ, 5000 ਦਾ ਮੋਬਾਈਲ ਅਤੇ ਅਸੀਂ ਪੱਤਰਕਾਰ ਹਾਂ ਜੀ। ਲੋਕਾਂ ਦੀਆਂ ਨਜ਼ਰਾਂ 'ਚ ਉਹ ਪੱਤਰਕਾਰ ਹੈ, ਭੋਲੇ ਲੋਕਾਂ ਦੀਆਂ ਨਜ਼ਰਾਂ 'ਚ, ਜਿਹੜੇ ਲੋਕਾਂ ਨੂੰ ਸਮਝ ਹੈ ਉਹਨਾਂ ਦੀਆਂ ਨਜ਼ਰਾਂ 'ਚ ਉਹ ਪੱਤਰਕਾਰ ਨਹੀਂ। ਫਿਰ ਉਹ ਕੀ ਹੈ, ਫਿਰ ਤੁਹਾਡੀਆਂ ਨਜ਼ਰਾਂ 'ਚ ਕੀ ਹੈ? ਯੂਟਿਊਬਰ ਨਹੀਂ, ਕੰਟੈਂਟ ਕ੍ਰੀਏਟਰ ਕਹਿ ਸਕਦੇ ਹਾਂ। ਜੇ ਚੰਗਾ ਕੰਟੈਂਟ ਦੇ ਰਹੇ ਆ ਤਾਂ ਕੰਟੈਂਟ ਕ੍ਰੀਏਟਰ ਨਹੀਂ। ਕੰਟੈਂਟ ਕ੍ਰੀਏਟਰ ਦੇ ਪੱਤਰਕਾਰ 'ਚ ਕੀ ਫਰਕ ਰਹੇਗਾ ਫਿਰ? ਦੇਖੋ, ਪੱਤਰਕਾਰ ਸਮਾਜ ਨੂੰ ਸਮਝਦਾ, ਸਮਾਜ ਦੀ ਪ੍ਰੋਬਲਮ ਨੂੰ ਸਮਝਦਾ, ਫਿਰ ਉਹਦੇ 'ਤੇ ਖਬਰ ਲਿਖਦਾ ਸਾਰੇ ਪਹਿਲੂਆਂ ਨੂੰ ਜਾਣ ਕੇ, ਫਿਰ ਉਹਦੇ 'ਤੇ ਖਬਰ ਬਣਦੀ ਹੈ, ਉਹ ਸਾਰੇ ਪਹਿਲੂਆਂ ਨੂੰ ਪੇਸ਼ ਕਰਦਾ। ਅਤੇ ਜਿਹੜਾ ਕੰਟੈਂਟ ਕ੍ਰੀਏਟਰ ਹੁੰਦਾ, ਜਿਹੜੇ ਅੱਜ ਕੱਲ੍ਹ ਯੂਟਿਊਬਰ ਨੇ, ਉਹਨਾਂ ਨੇ ਕਿਤੇ ਕੋਈ ਰੌਲਾ ਪੈ ਰਿਹਾ ਤਾਂ ਬਸ ਬਸ ਉਹਨਾਂ ਨੇ ਸਿਰਫ ਆਪਦੇ ਵਿਊਜ਼ ਦੇਖਣੇ ਆ, ਲਾਈਕ ਕਮੈਂਟ ਦੇਖਣੇ ਆ। ਉਹਨਾਂ ਨੂੰ ਜੇਕਰ ਕਮੈਂਟਾਂ 'ਚ ਕੋਈ ਗਾਲਾਂ ਵੀ ਕੱਢੀ ਜਾਂਦਾ, ਉਹਨਾਂ ਨੇ ਉਹ ਵੀ ਕਹਿਣਾ ਵੀ ਸਾਡੀਆਂ ਅੰਗੇਜਮੈਂਟ ਨੇ।
ਅੰਗੇਜਮੈਂਟ ਹੈ, ਮਤਲਬ ਕਿ ਇੱਕ ਗੱਲ ਇਹ ਵੀ ਹੈ ਵੀ ਜਿਵੇਂ ਜੋ ਅੱਜ ਕੱਲ੍ਹ ਖਬਰ ਲੱਗਦੀ ਹੈ ਉਹਦੇ 'ਚ ਜੇ ਮਤਲਬ ਮੇਰੇ ਖਿਲਾਫ ਲੱਗ ਗਈ ਤਾਂ ਉਹਨਾਂ ਨੇ ਮਤਲਬ ਮੇਰਾ ਤਾਂ ਪੱਖ ਨਹੀਂ ਸੁਣਨਾ, ਦੂਜਾ ਮਤਲਬ ਅੱਗੇ ਪਹਿਲਾਂ ਅਤੇ ਹੁਣ ਦਾ ਕੀ ਫਰਕ ਹੈ? ਮਤਲਬ ਪਹਿਲਾਂ ਤੁਹਾਡੇ ਲਈ ਗੱਲ ਬਿਲਕੁਲ ਸਹੀ ਹੈ, ਅੱਜ ਤੋਂ ਜੇਕਰ ਕੁਛ ਸਾਲ ਪਿੱਛੇ ਚਲੇ ਜਾਈਏ ਤਾਂ ਕੋਈ ਵੀ ਖਬਰ ਹੁੰਦੀ ਸੀ ਜੇ ਕਿਸੇ ਖਿਲਾਫ ਧਰਨਾ ਵੀ ਲੱਗ ਗਿਆ ਨਾ ਤਾਂ ਪਹਿਲਾਂ ਤਾਂ ਜਿਨ੍ਹਾਂ ਨੇ ਧਰਨਾ ਲਾਇਆ ਉਹਨਾਂ ਦੀ ਗੱਲ ਸੁਣਦਾ ਪੱਤਰਕਾਰ, ਵੀਡੀਓ ਵਾਲਾ ਜੇਕਰ ਵੀਡੀਓ ਜਰਨਲਿਸਟ ਹੁੰਦਾ ਤਾਂ ਉਹ ਉਹਨਾਂ ਦੀ ਬਾਈਟ ਰਿਕਾਰਡ ਕਰਦਾ, ਸ਼ਾਰਟਸ ਕਰਦਾ ਜਿੰਦਾਬਾਦ ਮੁਰਦਾਬਾਦ ਦੇ, ਫਿਰ ਜਿਨ੍ਹਾਂ ਦੇ ਖਿਲਾਫ ਧਰਨਾ ਹੁੰਦਾ ਉਹਨਾਂ ਕੋਲ ਜਾਂਦਾ, ਉਹਨਾਂ ਦੇ ਵਿਊਜ਼ ਲੈਂਦਾ ਵੀ ਉਹਨਾਂ ਨੇ ਤੁਹਾਡੇ 'ਤੇ ਆਹ ਇਲਜ਼ਾਮ ਲਾਏ ਆ ਤੁਹਾਡਾ ਕੀ ਕਹਿਣਾ ਜੀ। ਸਟੋਰੀ ਬੈਲੈਂਸ ਹੁੰਦੀ, ਫਿਰ ਪ੍ਰੋਪਰ ਉਹ ਸਟੋਰੀ ਬਣ ਕੇ ਚੈਨਲ 'ਤੇ ਚੱਲਦੀ ਜਾਂ ਪ੍ਰੋਪਰ ਸਟੋਰੀ ਬਣ ਕੇ ਅਖਬਾਰ 'ਚ ਛਪਦੀ। ਪਰ ਅੱਜ ਕੱਲ੍ਹ ਕੀ ਹੈ, ਜਿੱਥੇ ਕੋਈ ਧਰਨਾ ਲੱਗਿਆ ਉਹਨਾਂ ਨੇ ਉੱਥੇ ਜਿੰਦਾਬਾਦ ਮੁਰਦਾਬਾਦ, ਹਾਂਜੀ ਫਲਾਨੇ ਦੇ ਖਿਲਾਫ ਧਰਨਾ ਲੱਗਿਆ, ਇਹਨਾਂ ਨੇ ਇਹਨਾਂ ਦੇ ਖਿਲਾਫ ਆਹ ਠੱਗੀ ਮਾਰ ਲਈ, ਇਹਨਾਂ ਨੇ ਇਹਨਾਂ ਨਾਲ ਆਹ ਧੱਕਾ ਕੀਤਾ, ਵਧੀਕੀ ਕੀਤੀ, ਸਾਹਮਣੇ ਵਾਲੇ ਦਾ ਵਰਜ਼ਨ ਨਹੀਂ ਲੈਣਾ ਕੀ ਉਹਨਾਂ ਨੇ ਧਰਨਾ ਜਿਹੜਾ ਲਾਇਆ ਉਹ ਸਹੀ ਲਾਇਆ ਕਿ ਗਲਤ ਲਾਇਆ, ਕੀ ਹੈ ਕੀ ਨਹੀਂ, ਕੋਈ ਜਾਣਨ ਦੀ ਕੋਸ਼ਿਸ਼ ਨਹੀਂ ਕਰਨੀ, ਸਿਰਫ ਆਪਦੇ ਵਿਊਜ਼ ਲਾਈਕ ਕਮੈਂਟ ਲਈ ਉਸੇ ਚੀਜ਼ ਨੂੰ ਹੀ ਟੈਲੀਕਾਸਟ ਕਰਦੇ ਹਾਂ। ਨਹੀਂ ਫਿਰ ਮੰਨ ਲਓ ਫਿਰ ਮਾਣ ਹਾਨੀ ਦੇ ਕੇਸ ਵੀ ਤਾਂ ਹੁੰਦੇ ਨਹੀਂ ਨਾ, ਮੰਨ ਲਓ ਜੇ ਆਪਾਂ ਗੱਲ ਕਰੀਏ ਕਿਸੇ ਦੀ ਮਾਣ, ਮੰਨ ਲਓ ਮਾਂ ਨੂੰ ਹਾਨੀ ਹੋ ਗਈ, ਮੰਨ ਲਓ ਕਿਸੇ ਦੇ ਵਿਰੁੱਧ ਧਰਨਾ ਲਾ ਕੇ ਪੱਤਰਕਾਰ ਨੇ ਖਬਰ ਲਾ ਦਿੱਤੀ ਬਿਨਾਂ ਉਹਦੀ ਬਾਈਟ ਲਾਏ, ਇਹ ਪਰ ਮਾਣ ਹਾਨੀ ਦੇ ਵੀ ਕੇਸ ਤਾਂ ਨਹੀਂ ਹੁੰਦੇ, ਕਿਉਂ ਨਹੀਂ ਹੁੰਦੇ? ਉਹ ਜ਼ਿਆਦਾਤਰ ਇਹ ਹੈ, ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਮਿਲ ਗਿਆ ਲੋਕਾਂ ਨੂੰ, ਲੋਕਾਂ ਦੇ ਹੱਥ ਅਤੇ ਮੂੰਹ ਖੁੱਲ੍ਹ ਗਏ, ਆਊਟ ਆਫ ਕੰਟਰੋਲ ਹੈ, ਕਿਹਦੇ ਕਿਤੇ ਤਾਂ ਮਾਣਾ ਨਹੀਂ ਹੋ ਗਿਆ, ਕੋਈ ਵੀ ਕਿਸੇ ਦੇ ਖਿਲਾਫ ਕੁਝ ਵੀ ਬੋਲੀ ਜਾਂਦਾ। ਤੁਸੀਂ ਅੱਜ ਦੇਖ ਲਓ ਕਿਸੇ ਦਾ ਕੋਈ ਵੀਡੀਓ ਪਾ ਲਓ ਅਤੇ ਆਪਾਂ ਨਾ ਅਕਸਰ ਚੈੱਕ ਕਰਦੇ ਹਾਂ, ਚਾਹੇ ਕੋਈ ਚੰਗੀ ਵੀਡੀਓ ਹੋ ਚਾਹੇ ਮਾੜੀ ਹੋਵੇ, ਉਹ ਇਹ ਨਹੀਂ ਦੇਖਦੇ। ਕੁਝ ਬੰਦੇ ਅਜਿਹੀ ਬੈਠੇ, ਉਹ ਲੱਖਾਂ ਦੀ ਤਾਦਾਦ 'ਚ ਹੈ ਗਿਣਤੀ, ਥੋੜ੍ਹੇ ਨਹੀਂ ਲੱਖਾਂ ਦੀ ਤਾਦਾਦ 'ਚ ਹੈ, ਵੀ ਜਿਹੜਿਆਂ ਨੇ ਕਿਸੇ ਕਿਸਮ ਦੀ ਵੀਡੀਓ ਆ ਜਾਵੇ ਉਹਨਾਂ ਨੇ ਗਲਤ ਕਮੈਂਟੀ ਕਰਨਾ, ਗਾਲੀ ਕੱਢਣੀ ਹੈ, ਉਹਨੂੰ ਮਾੜਾ ਹੀ ਕਹਿਣਾ। ਮਤਲਬ ਉਹਨਾਂ ਨੂੰ ਆਉਂਦਾ ਵੀ ਸਾਨੂੰ ਲੋਕ, ਕਿਉਂਕਿ ਮਾਂ ਜਦੋਂ ਕਿਸੇ ਉਹਦਾ ਕੋਈ ਬੰਦਾ ਗਾਲ ਕੱਢਦਾ ਤਾਂ ਉਹਨੂੰ ਦੇਖਣ ਵਾਲੇ ਵੱਧ ਜਾਂਦੇ ਵੀ ਇਹ ਕੌਣ ਹੈ, ਕਿੱਥੋਂ ਆ, ਜੀ ਜੀ ਠੀਕ ਆ, ਉਹ ਆਪਦੇ ਮਤਲਬ ਅਪਰੋਚ ਆ ਨਾ। ਮਤਲਬ ਤੁਸੀਂ ਹੁਣ ਤੱਕ ਕਿਹੜੇ ਕਿਹੜੇ ਅਦਾਰਿਆਂ ਨਾਲ ਕੰਮ ਕੀਤਾ ਅਤੇ ਕਦੋਂ ਸ਼ੁਰੂ ਕੀਤਾ ਸੀ ਤੁਹਾਡਾ? ਮੈਂ ਜੀ 1996 ਦੇ ਵਿੱਚ ਗ੍ਰੈਜੂਏਸ਼ਨ ਕੀਤੀ ਅਤੇ 1997 ਦੇ ਵਿੱਚ ਬਠਿੰਡੇ ਉਸ ਟਾਈਮ ਦਾ ਬਹੁਤ ਹੀ ਮਸ਼ਹੂਰ ਸਟੂਡੀਓ ਹੁੰਦਾ ਸੀ ਸਿੰਘ ਸਟੂਡੀਓ, ਉਹਨਾਂ ਤੋਂ ਮੈਂ ਕੈਮਰਾ ਟ੍ਰੇਨਿੰਗ ਲਈ। ਕੁਛ ਦੇਰ ਟ੍ਰੇਨਿੰਗ ਤੋਂ ਬਾਅਦ ਉਹਨਾਂ ਕੋਲ ਸੀ ਦੂਰਦਰਸ਼ਨ ਦੀ ਸਟਿੰਗਰਸ਼ਿਪ, ਅਤੇ ਉਸ ਵੇਲੇ ਕੈਮਰਾ ਹੁੰਦਾ ਸੀ ਦੂਰਦਰਸ਼ਨ ਲਈ ਯੂਜ਼ ਕਰਨ ਲਈ, ਬੀਟਾ 537 ਜੀ। ਮੇਰੀ ਹਾਈਟ ਵੀ ਠੀਕ ਹੀ ਹੈ ਅਤੇ ਉਸ ਵੇਲੇ ਏਜ਼ ਵੀ ਠੀਕ ਹੀ ਸੀ, 20-22 ਸਾਲ, ਬਸ 22-23 ਸਾਲ। ਮੇਰਾ ਵੇਟ 25 ਕਿਲੋ ਸੀ ਅਤੇ ਕੈਮਰੇ ਦਾ ਵੇਟ 28 ਕਿਲੋ ਸੀ ਵਿਦ ਬੈਟਰੀ। ਉੱਥੋਂ ਟ੍ਰੇਨਿੰਗ ਸ਼ੁਰੂ ਹੋਈ, ਉੱਥੋਂ ਕੰਮ ਸ਼ੁਰੂ ਹੋਇਆ। ਫਿਰ ਥੋੜ੍ਹੀ ਦੇਰ ਬਾਅਦ ਜਦੋਂ ਦੂਰਦਰਸ਼ਨ ਦਾ ਕੰਮ ਕਰਦੇ ਰਹੇ ਤਾਂ ਵੀਡੀਓ ਐਲਬਮ ਦਾ ਦੌਰ ਸ਼ੁਰੂ ਹੋਇਆ ਉਸ ਵੇਲੇ। ਬਲਕਾਰ ਸਿੱਧੂ, ਗੋਰਾ ਚੱਕਵਾਲਾ, ਅਮਰਤਾ ਵਿਰਕ, ਹਰਦੇਵ ਮਾਹੀ ਨੰਗਲ, ਬਠਿੰਡੇ ਦੀਆਂ ਦੋ ਮਸ਼ਹੂਰ ਕੰਪਨੀਆਂ ਰਹੀਆਂ, ਆਨੰਦ ਮਿਊਜ਼ਿਕ ਕੰਪਨੀ ਅਤੇ ਗੋਰਾ ਮਿਊਜ਼ਿਕ ਕੰਪਨੀ, ਇਹਨਾਂ ਦਾ ਕੰਮ ਉਹ ਸਿੰਘ ਸਟੂਡੀਓ ਵਾਲੇ ਕਰਦੇ ਹੁੰਦੇ ਸੀ। ਇਹ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਉੱਥੇ ਮੇਰੀ ਮੁਲਾਕਾਤ ਸਰਦਾਰ ਸਵਰਨ ਸਿੰਘ ਦਾਨੇਵਾਲੀਆ, ਜੋ ਪੰਜਾਬ ਹੀ ਨਹੀਂ ਆਪਾਂ ਇੰਡੀਆ ਦੇ ਮੋਸਟ ਸੀਨੀਅਰ ਜਰਨਲਿਸਟ ਕਹਿ ਸਕਦੇ ਜੀ, ਉਹਨਾਂ ਨਾਲ ਮੁਲਾਕਾਤ ਹੀ। ਉਹਨਾਂ ਨੇ ਮੇਰਾ ਕੈਮਰਾ ਵਰਕ ਦੇਖਿਆ, ਮੈਨੂੰ ਕਹਿੰਦੇ ਵੀ ਕਿਸੇ ਤੂੰ ਚੈਨਲ 'ਚ ਕਿਉਂ ਨਹੀਂ ਕੰਮ ਕਰ ਰਿਹਾ? ਤਾਂ ਉਸ ਵੇਲੇ ਪੰਜਾਬ ਦੇ ਵਿੱਚ ਪਹਿਲੀ ਵਾਰੀ ਪੰਜਾਬ ਟੂਡੇ ਨਿਊਜ਼ ਚੈਨਲ, ਪੰਜਾਬ ਦਾ ਪਹਿਲਾ ਚੈਨਲ ਸੀ ਜਿਹੜਾ 24 ਘੰਟੇ ਖਬਰਾਂ ਵਾਲਾ ਜੀ, ਉਹ ਲਾਂਚ ਹੋਇਆ ਸੀ। ਤਾਂ ਦਾਨੇਵਾਲੇ ਸਾਹਿਬ ਮੈਨੂੰ ਉੱਥੇ ਲੈ ਗਏ। ਉਸ ਤੋਂ ਬਾਅਦ ਚੱਲ 2007 'ਚ ਆ ਕੇ ਪੰਜਾਬ ਟੂਡੇ ਨੂੰ ਸਰਕਾਰੀ ਮਾਰ ਪਈ, ਬੰਦ ਹੋਇਆ, ਅਸੀਂ ਦੋਨੋਂ ਇੰਡੀਆ ਟੀ ਵੀ ਗਰੁੱਪ 'ਚ ਚਲੇ ਗਏ, ਮੈਂ ਅਤੇ ਦਾਨੇਵਾਲੇ ਸਾਹਿਬ। ਇੰਡੀਆ ਟੀ ਵੀ ਤੋਂ ਬਾਅਦ ਡੀ ਐਨ ਨਾਈਟ, CNEB, ਇੱਦਾਂ ਦੌਰ ਚੱਲਦਾ ਰਿਹਾ। ਉਹ ਟਾਈਮ 'ਤੇ ਅੱਜ ਦਾ ਟਾਈਮ ਉੱਦਾਂ ਚੱਲੀ ਜਾਂਦਾ। ਫਿਰ ਦਾਨੇਵਾਲੇ ਸਾਹਿਬ ਨੇ ਆਪਣਾ ਰੇਡੀਓ ਸਟੇਸ਼ਨ ਲਾ ਲਿਆ, ਆਪਦੀ ਵੈਬਸਾਈਟ, ਉਹਨਾਂ ਨਾਲ ਕੰਟੀਨਿਊ ਚੱਲੀ ਜਾਂਦਾ।
ਨਹੀਂ ਜਿਹੜਾ ਮੰਨ ਲਓ ਇੱਕ ਮੰਨ ਲਓ ਫਾਈਨਾਂਸ ਦੇ ਤੌਰ 'ਤੇ ਮੰਨ ਲਓ ਤੁਹਾਡੀ ਆਰਥਿਕਤਾ ਜਿਹੜੀ ਹੈਗੀ ਤੁਹਾਡਾ ਘਰ ਵਧੀਆ ਚੱਲਦਾ ਅਤੇ ਮੰਨ ਲਓ ਜਿਹੜਾ ਹੈ ਕੈਮਰਾਮੈਨ ਦੀਆਂ ਤਨਖਾਹ ਦੇ ਪ੍ਰਤੀ ਕੀ ਕਹੋਗੇ? ਚੰਗੇ ਅਦਾਰਿਆਂ 'ਚ ਕੰਮ ਕੀਤਾ, ਵੇਸ ਬੋਰਡ 'ਤੇ ਕੰਮ ਕੀਤਾ, ਬਹੁਤ ਵਧੀਆ ਅਦਾਰਿਆਂ 'ਚ ਕੰਮ ਕੀਤਾ, ਪਰ ਜੇ ਤੁਸੀਂ ਜਿਹੜਾ ਸਵਾਲ ਤੁਸੀਂ ਪੁੱਛਿਆ ਨਾ, ਠੀਕ ਹੈ ਗੁਜ਼ਾਰਾ ਹੋ ਰਿਹਾ, ਪਰ ਕੈਮਰਾਮੈਨ ਤੋਂ ਜਿੰਨਾ ਕੰਮ ਲਿਆ ਜਾਂਦਾ ਹੈ, ਕੈਮਰਾਮੈਨ ਦੀ ਜਿੱਡੀ ਵੱਡੀ ਜ਼ਿੰਮੇਵਾਰੀ ਹੈ, ਓਨੀ ਤਨਖਾਹ ਨਹੀਂ ਦਿੱਤੀ ਜਾਂਦੀ। ਵੱਡੇ ਅਦਾਰੇ ਵੀ ਨਹੀਂ ਦਿੰਦੇ? ਨਹੀਂ ਜੀ, ਕੋਈ ਵੀ ਕਿਸੇ ਅਦਾਰੇ ਨੇ ਓਨੀ ਤਨਖਾਹ ਨਹੀਂ ਦਿੱਤੀ, ਕਿਉਂਕਿ ਕੈਮਰਾਮੈਨ ਦੀ ਡਿਊਟੀ ਲਗਭਗ ਆਪਾਂ ਕਹਿ ਸਕਦੇ ਹਾਂ 24 ਘੰਟੇ। ਮੈਂ ਖੁਦ ਕਰਦਾ ਰਿਹਾ ਜਦੋਂ ਕੰਪੀਟੀਸ਼ਨ ਦਾ ਦੌਰ ਸੀ, ਡੇ ਐਂਡ ਨਾਈਟ ਵੇਲੇ ਰੱਖ ਲਓ, ਪੰਜਾਬ ਟੂਡੇ ਵੇਲੇ ਰੱਖ ਲਓ, ਵੀ ਕਈ ਵਾਰੀ ਹੁੰਦਾ ਵੀ ਆਫਿਸ ਤੋਂ ਆਏ 8 ਵਜੇ ਆ ਕੇ ਰੋਟੀ ਪਾਣੀ ਖਾਧਾ, ਨਹਾਤੇ, ਸੌ ਗਏ, ਪੈਣ ਲੱਗੇ 10-10:30 ਵਜੇ, ਕੋਈ ਐਕਸੀਡੈਂਟ ਹੋ ਗਿਆ, ਕਿਤੇ ਅੱਗ ਲੱਗ ਗਈ, ਰਾਤ ਨੂੰ ਭੱਜ ਲਏ, ਜਾ ਕੇ ਸ਼ੂਟ ਕੀਤਾ, ਉਹਨੂੰ ਫੀਡ ਭੇਜਣੀ ਉਹਦੀ, ਉਸ ਵੇਲੇ ਫਾਈਲਾਂ ਜਾਂਦੀਆਂ ਹੁੰਦੀਆਂ, ਪਹਿਲਾਂ ਤਾਂ ਸਟਾਰਟਿੰਗ 'ਚ ਤਾਂ ਟੇਪ ਜਾਂਦੀ ਹੁੰਦੀ ਸੀ ਕੋਰੀਅਰ ਪੰਜਾਬ ਟੂਡੇ ਵੇਲੇ, ਤਾਂ ਚਲੋ 2006-07 'ਚ ਆ ਕੇ ਸ਼ੁਰੂ ਹੋਇਆ ਦੌਰ ਇੰਟਰਨੈੱਟ ਦਾ, ਜਿਹਦੇ 'ਚ FTP ਰਾਹੀਂ ਫਾਈਲਾਂ ਜਾਂਦੀਆਂ ਸੀ, ਤਾਂ ਫੀਡ ਭੇਜਣ 'ਤੇ ਵੀ 2-3 ਘੰਟੇ ਦਾ ਸਮਾਂ ਲੱਗ ਜਾਂਦਾ ਸੀ। ਹੁਣ ਰਾਤ ਨੂੰ 10 ਵਜੇ ਬੰਦਾ ਗਿਆ, ਕੋਈ ਐਕਸੀਡੈਂਟ ਹੋਇਆ, ਉਹਨੂੰ ਕਵਰ ਕਰਕੇ 11 ਵਜੇ ਔਫਿਸ ਆਇਆ, 11 ਤੋਂ 2-3 ਵਜੇ ਤੱਕ ਉਹਨੇ ਫੀਡ ਭੇਜੀ, 4 ਵਜੇ ਘਰ ਜਾ ਕੇ ਸੁੱਤਾ, ਸਵੇਰੇ 7 ਵਜੇ ਤੈਨੂੰ ਫਿਰ ਕੋਈ ਐਕਸੀਡੈਂਟ ਹੋ ਗਿਆ, ਫਿਰ ਉੱਥੇ ਖੜ੍ਹਾ, ਕਿਉਂਕਿ ਕੈਮਰਾਮੈਨ ਤਾਂ ਇੱਕ ਹੈ। ਰਿਪੋਰਟਰ ਤਾਂ ਕਈ ਵਾਰੀ ਜਾਂਦਾ ਨਹੀਂ ਸੀ, ਕਈ ਵਾਰੀ ਕੀ ਰਾਤ ਨੂੰ ਤਾਂ ਮੋਸਟਲੀ ਰਿਪੋਰਟਰ ਜਾਂਦੀ ਨਹੀਂ ਸੀ, ਜ਼ਿਆਦਾਤਰ ਰੀਜਨਲ ਚੈਨਲਾਂ ਦੇ ਵਿੱਚ ਇਹ ਵੀ ਪ੍ਰੋਬਲਮ ਰਹੀ ਹੈ, ਨੈਸ਼ਨਲ ਦੇ ਵਿੱਚ ਵੀ ਹੈਗੀ ਹੈ, ਵੀ ਰਿਪੋਰਟਰ ਤਾਂ ਬਹੁਤ ਘੱਟ ਜਾਂਦਾ, ਜਿੱਥੇ ਉਹਨੂੰ ਪਤਾ ਵੀ ਮੈਂ ਕੈਮਰੇ ਫੇਸ ਕਰਨਾ, ਮੈਂ ਪੀਸ ਟੂ ਕੈਮਰਾ ਕਰਨਾ, ਉੱਥੇ ਜਾਂਦਾ, ਨਹੀਂ ਤਾਂ ਕੈਮਰਾਮੈਨ ਇਕੱਲਾ ਜਾਂਦਾ, ਸਟੋਰੀ ਕਰਕੇ ਆਉਂਦਾ, ਆ ਕੇ ਉਹ ਫੈਕਟਸ ਦੱਸ ਦਿੰਦਾ, ਵਾਇਸ ਓਵਰ ਹੋ ਜਾਂਦਾ। ਨਹੀਂ ਪਹਿਲਾਂ ਜਿਵੇਂ ਮੰਨ ਲਓ ਜਿਹੜਾ ਹੈਗਾ, ਤੁਸੀਂ ਥੋੜ੍ਹਾ ਦੱਸੋ ਵੀ ਹੁਣ ਜਿਵੇਂ ਹੁਣ ਤਾਂ ਕੈਮਰੇ ਅੱਜ ਕੱਲ੍ਹ ਤਾਂ ਇੰਨੇ ਲਾਈਟ ਆ ਗਏ ਆ, ਹੈ ਨਾ, ਸਫਲਿਪ ਹੋ ਜਾਂਦਾ, ਲਗਭਗ 100-100 ਗ੍ਰਾਮ ਦੇ ਕੈਮਰੇ ਆ, 200-100, ਅਤੇ ਪਹਿਲਾਂ ਦੇਖਣਾ 20-22 ਕਿਲੋ ਦਾ ਕੈਮਰਾ ਸੀਗਾ, ਅਤੇ ਫਿਰ ਉਹ ਟਾਈਮ ਆਏ ਤਾਂ ਫਿਰ ਜਿਹੜੇ ਉਹਦੇ ਰੀਲ ਰੂਲ ਜੀ ਤਾਂ ਖਬਰ ਅੱਜ ਦੀ ਤਾਂ ਲੱਗਦੀ ਤਾਂ ਚੌਥੇ ਦਿਨ ਹੋਣੀ, ਚੌਥੇ ਦਿਨ ਜੀ, ਉਹ ਤਾਂ ਖਬਰ ਹੀ ਬਹੀ ਹੋ ਜਾਂਦੀ। ਬਿਲਕੁਲ ਜੀ, ਦੂਰਦਰਸ਼ਨ 'ਤੇ ਜਦੋਂ ਜਿਹੜਾ 22 ਕਿਲੋ ਵਾਲੇ ਕੈਮਰੇ ਵਾਲੀ ਤੁਹਾਨੂੰ ਦੱਸਿਆ ਮੈਂ ਗੱਲ, 28 ਕਿਲੋ ਵਾਲੀ Beta 537, ਉਹ ਕੈਮਰੇ ਦੀ ਟੇਪ ਵੀ ਕਾਫੀ ਵੱਡੀ ਹੁੰਦੀ ਸੀ, ਅਤੇ ਜਦੋਂ ਦੂਰਦਰਸ਼ਨ ਲਈ ਕਵਰ ਕਰਦੇ ਤਾਂ ਉਦੋਂ ਸਪੈਸ਼ਲ ਸਰਕਾਰੀ, ਕਿਉਂਕਿ ਸਰਕਾਰੀ ਕੰਮ ਸੀਗੇ ਸਾਰੇ, ਸਰਕਾਰੀ ਕਵਰੇਜ ਕਰਨੀ ਹੁੰਦੀ ਸੀ, ਤਾਂ ਬਕਾਇਦਾ DC ਨੂੰ ਕਿਹਾ ਜਾਂਦਾ ਜੀ ਟੇਪ ਜਲੰਧਰ ਪਹੁੰਚਾਉਣੀ ਹੈ, ਤਾਂ ਬਕਾਇਦਾ DC ਗੱਡੀ ਭੇਜਦੀ, ਸਪੈਸ਼ਲ ਕਾਰ ਜਲੰਧਰ ਜਾ ਕੇ ਟੇਪ ਫੜਾ ਕੇ ਆਉਂਦੀ। ਮਤਲਬ ਵੀ ਜਿਹੜਾ ਦੂਰਦਰਸ਼ਨ ਦੀ ਟੇਪ ਵਾਸਤੇ DC ਤੋਂ DC ਗੱਡੀ ਮੈਂਸ਼ਨ ਕਰਦਾ ਸੀ, ਜਾ ਪਈ ਲੈ ਜਾ ਇਹਨੂੰ, ਹੈ DC ਨੂੰ ਕਿਹਾ ਜਾਂਦਾ, DC DPRO ਨੂੰ ਕਹਿੰਦਾ, ਜਾਂ ਡੀਪੋ DPRO DC ਨੂੰ ਕਹਿੰਦਾ, ਫਿਰ ਉਹ ਟੇਪ ਸਪੈਸ਼ਲ ਜਲੰਧਰ ਜਾਂਦੀ, 7 ਵਜੇ ਤੋਂ ਪਹਿਲਾਂ ਪਹੁੰਚਾਉਣੀ ਹੁੰਦੀ ਸੀ, ਕਿਉਂਕਿ ਤੁਹਾਨੂੰ ਵੀ ਤੁਸੀਂ 7 ਵਾਲੀਆਂ ਖਬਰਾਂ ਸੁਣਦੇ ਰਹੇ ਹੋਵੋਗੇ, 7 ਵਾਲੀਆਂ ਖਬਰਾਂ 'ਚ ਲੱਗਣੀ ਹੁੰਦੀ ਸੀ, ਬਾਈ ਚਾਂਸ ਕਿਸੇ ਕਾਰਨ ਸ਼ਾਮ 7 ਤੱਕ ਨਹੀਂ ਪਹੁੰਚੀ ਤਾਂ ਫਿਰ ਸਵੇਰੇ 7 ਵਜੇ ਲੱਗਦੀ। ਉਸ ਤੋਂ ਬਾਅਦ ਦੌਰ ਬਦਲਿਆ, ਫਿਰ ਸ਼ੁਰੂ ਹੋਇਆ ਜਦੋਂ ਪੰਜਾਬ ਟੂਡੇ ਵਰਗੇ ਚੈਨਲ ਆ ਗਏ, ਫਿਰ ਦਿੱਲੀ ਕੋਰੀਅਰ ਜਾਂਦਾ, ਪੰਜਾਬ ਟੂਡੇ ਨਿਊਜ਼ ਚੈਨਲ ਲਈ ਮੈਂ ਕੰਮ ਕੀਤਾ, ਤਾਂ ਇੱਥੋਂ ਅਸੀਂ ਦਿਨ 'ਚ 3-4 ਮੰਨ ਲਓ ਸਟੋਰੀਜ਼ ਜਾਂ ਖਬਰਾਂ ਰਿਕਾਰਡ ਕਰ ਲਈਆਂ, ਸ਼ਾਮ ਨੂੰ ਰਾਤ ਨੂੰ ਕੋਰੀਅਰ ਕਰਾ ਦੇਣਾ। ਉਹ ਕੋਰੀਅਰ ਨਾਲ ਥੋੜ੍ਹੀ ਜਿਹੀ ਸੈਟਿੰਗ ਸੀ ਵੀ, ਕਹਿਣ ਤੋਂ ਭਾਵ ਉਹਨੂੰ ਪੈਸੇ ਵੱਧ ਦਿੱਤੇ ਜਾਂਦੇ ਸੀ ਵੀ ਭਾਈ ਤੂੰ ਸਵੇਰੇ ਡਿਲੀਵਰ ਕਰਨਾ, ਪੱਕੇ ਗਾਹਕ ਹੋ, ਹਾਂਜੀ ਵੀ ਪੱਕੇ ਗਾਹਕ, ਕਿਉਂਕਿ ਡੇਲੀ ਕੋਰੀਅਰ ਜਾਣੇ ਹੁੰਦੇ ਸੀ, ਕਈ ਵਾਰ ਤਾਂ ਦੋ ਵੀ ਹੋ ਜਾਂਦੇ ਸੀ ਜਦੋਂ ਖਬਰਾਂ ਵੱਧ ਹੁੰਦੀਆਂ, ਤਾਂ ਸਵੇਰ ਨੂੰ ਕੋਰੀਅਰ ਡਿਲੀਵਰ ਹੁੰਦਾ ਜਾਂ ਕਈ ਵਾਰੀ ਦੁਪਹਿਰ ਨੂੰ ਹੁੰਦਾ, ਸ਼ਾਮ ਤੱਕ ਉਹਦੀ ਸਕ੍ਰਿਪਟ ਬਣਦੀ, ਐਡੀਟਿੰਗ ਹੁੰਦੀ, ਸ਼ਾਮ ਵਾਲੇ ਬੁਲੇਟਿਨ 'ਚ ਕਈ ਵਾਰੀ ਲੱਗਦੀ, ਕਈ ਵਾਰੀ ਜੇਕਰ ਖਬਰਾਂ ਵੱਧ ਜਾਂਦੀਆਂ ਤਾਂ 3rd ਦਿਨ ਤੁਹਾਡੇ ਵਾਲੀ ਗੱਲ ਜਿਹੜੀ ਤੁਸੀਂ ਸਟਾਰਟਿੰਗ 'ਤੇ ਕੀਤੀ ਵੀ, ਤੀਜੇ ਦਿਨ। ਅਤੇ ਜਿਹੜਾ ਅੱਜ ਦਾ ਦੌਰ ਆ, ਅੱਜ ਇੰਨਾ ਫਾਸਟ ਆ ਵੀ ਬੰਦੇ ਨੇ ਹਜੇ ਡਕਾਰ ਲਿਆ ਹੁੰਦਾ ਅਤੇ ਉਲਟੀ ਦੀ ਖਬਰ ਪਹਿਲਾਂ ਲੱਗ ਜਾਂਦੀ ਵੀ ਬੰਦੇ ਨੇ ਫਲਾਣੇ ਨੇ ਉਲਟੀ ਕਰਤੀ ਹੈ, ਇਹਨੂੰ ਕੀ ਕਹੋਗੇ? ਮਤਲਬ ਇਹਦਾ ਫਾਇਦਾ ਅਤੇ ਨੁਕਸਾਨ ਹੈ? ਇਸ ਚੀਜ਼ ਦਾ ਫਾਇਦਾ ਵੀ ਹੋਇਆ ਟੈਕਨੋਲੋਜੀ ਦਾ, ਵੀ
ਕੰਮ ਫਾਸਟ ਹੋਇਆ, ਪਰ ਇਸ ਚੀਜ਼ ਦਾ ਨੁਕਸਾਨ ਵੀ ਬਹੁਤ ਹੋਇਆ। ਜਿਵੇਂ ਆਪਾਂ ਪਹਿਲਾਂ ਕਿਹਾ ਸੀ ਵੀ ਸੋਸ਼ਲ ਮੀਡੀਆ ਨੇ ਲੋਕਾਂ ਦੇ ਮੂੰਹ 'ਤੇ ਹੱਥ ਖੋਲ੍ਹਤੇ। ਨਹੀਂ, ਇੱਕ ਜੇ ਦੇਖਿਆ ਜਾਵੇ ਸੋਸ਼ਲ ਮੀਡੀਆ ਦੇ ਉੱਤੇ, ਅੱਗੇ ਹੁਣ ਹੈਗਾ ਲੋਕ ਵਟਸਐਪ ਯੂਨੀਵਰਸਿਟੀ ਦੇ, ਮੰਨ ਲਾ ਬਹੁਤ ਲੋਕਾਂ ਨੂੰ ਇਹ ਨਹੀਂ ਪਤਾ ਜਿਹੜੇ ਚਲਾਉਣ ਨੂੰ 90-95% ਨੂੰ ਕਿ ਸੋਸ਼ਲ ਮੀਡੀਆ ਇੱਕ ਐਲਗੋਰਿਥਮ 'ਤੇ ਗੱਲ ਕੰਮ ਕਰਦਾ ਕਿ ਜੋ ਤੁਸੀਂ ਦੇਖ ਰਹੇ ਹੋ ਤੁਹਾਡਾ ਇੰਟਰਸਟ ਆ ਉਹੀ ਤੁਹਾਡੇ ਅੱਗੇ ਸਿੱਟੀ ਜਾਂਦਾ। ਮੰਨ ਲਓ ਤੁਸੀਂ ਮੋਦੀ ਦੇ ਪੱਖ 'ਚੋਂ, ਤੁਸੀਂ 4 ਵੀਡੀਓ ਮੋਦੀ ਦੇ ਪੱਖ ਦਿਆਂ ਦੇਖੋਗੇ ਤਾਂ ਤੁਹਾਨੂੰ 100 ਵੀਡੀਓ ਰੈਕਮੈਂਡ ਮੋਦੀ ਦੇ ਪੱਖ ਦੀ ਹੋਣੀ ਆ, ਤੁਹਾਨੂੰ ਉਹਦਾ ਓਪੋਜਿਟ ਵਰਜ਼ ਨਹੀਂ ਦਿਖਾਇਆ ਜਾਣਾ, ਠੀਕ ਆ। ਅਤੇ ਉਹਦੇ ਨਾਲ ਲੋਕਾਂ ਦੀ ਸੋਚ ਜਿਹੜੀ ਹੈ ਖੁੰਡੀ ਹੋ ਗਈ ਹੈ, ਕਿਉਂਕਿ ਪਹਿਲਾਂ ਤਾਂ ਇਹ ਗੱਲ ਆ ਵੀ ਘੱਟੋ ਘੱਟ ਜੇ ਕਿਸੇ ਵਿਰੁੱਧ ਤੁਸੀਂ ਕੋਈ ਖਬਰ ਦੇਖ ਰਹੇ ਹੋ ਤਾਂ ਉਲਟ ਵੀ ਦੇਖੋ ਵੀ ਉਹਦਾ ਵੀ ਕੀ ਹੈ ਨਾ ਵਰਜ਼ਨ। ਤਾਂ ਮਤਲਬ ਇਹ ਹੈ ਵੀ ਅੱਜ ਦਾ ਦੌਰ ਇਹ ਹੈ ਵੀ ਲੋਕ ਜਿਹੜੇ ਵਟਸਐਪ ਯੂਨੀਵਰਸਿਟੀ 'ਚ ਟ੍ਰੇਨ ਹੁੰਦੇ ਆ, ਅਤੇ ਉਹ ਅੱਗੇ ਤਾਂ ਇੱਕ ਸਾਲ ਕਿਸੇ ਨੇ ਮੰਨ ਲਓ ਬੀ ਏ ਕੀਤੀ, 3 ਸਾਲ ਐੱਮ ਏ ਕੀਤੀ, 2 ਸਾਲ, 5 ਸਾਲ, ਹੈ ਨਾ, ਫਿਰ ਕੋਈ ਮਾਸਟਰ ਹੁੰਦਾ ਸੀ। ਅੱਜ ਕੱਲ੍ਹ ਹਰੇਕ ਬੰਦਾ ਆਪਦਾ ਜੋ ਉਹਦੇ ਦਿਮਾਗ ਦੇ ਵਿੱਚ ਭਰਿਆ ਹੋਇਆ ਜਾਂ ਆਸੇ ਪਾਸੇ ਕੂੜ ਇਕੱਠਾ ਕੀਤਾ ਹੁੰਦਾ ਉਹ ਉਹਦੇ ਪ੍ਰਤੀ ਮੰਨ ਲਾ ਉਹਨੂੰ ਆਪਾਂ ਕਹੀਏ ਵੀ ਜ਼ਿਆਦਾ ਤਿੱਖਾ ਕਰ ਦਿੰਦੇ ਉਹਦੇ, ਕੀ ਇਹਦੇ ਬਾਰੇ ਕੀ ਕਹੋਗੇ? ਇਹੀ ਕਹਾਂਗੇ ਵੀ ਲੋਕ ਹੁਣ ਕਿਸੇ ਵੀ ਚੀਜ਼ ਦੀ ਤਹਿ ਤੱਕ ਜਾਣੋਂ ਹਟ ਗਏ। ਕੁਛ ਵੀ ਹੈ ਜਿਵੇਂ ਸੋਸ਼ਲ ਮੀਡੀਆ ਨੇ ਜਿੱਥੋਂ ਆਪਣੀ ਗੱਲ ਸਟਾਰਟ ਹੋਈ ਸੀ ਵੀ ਸਾਰਿਆਂ ਦੇ ਹੱਥ 'ਤੇ ਮੂੰਹ ਖੋਲ੍ਹਤੇ, ਹੱਥ 'ਤੇ ਮੂੰਹ ਖੋਲ੍ਹਤੇ ਅਤੇ ਸੋਚ ਬੰਦ ਕਰਤੀ, ਤੁਰੇ ਜਾਂਦਿਆਂ ਦੇ ਜੋ ਦਿਮਾਗ 'ਚ ਆਇਆ ਜੋ ਦੇਖ ਲਿਆ ਚੱਕ ਕੇ ਅਪਲੋਡ ਕਰਤਾ, ਕੋਈ ਰੀਲ ਬਣਾਤੀ ਜਾਂ ਕੋਈ ਵੀਡੀਓ, ਆਹ ਦੇਖੋ ਜੀ ਮੈਂ ਪੁੱਲ 'ਤੇ ਖੜ੍ਹਾ, ਆਹ ਹੋ ਰਿਹਾ, ਆਹ ਹੋ ਰਿਹਾ, ਕੁਛ ਨਹੀਂ ਦੇਖਣਾ ਵੀ ਉਹਦੇ 'ਚ ਸੱਚਾਈ ਕੀ ਆ। ਸੱਚਾਈ ਦੀ ਤਹਿ ਤੱਕ ਨਹੀਂ ਜਾਣਾ, ਗੱਲ ਦੀ ਤਹਿ ਤੱਕ ਨਹੀਂ ਜਾਣਾ ਵੀ ਹੋਇਆ ਕੀ ਆ। ਕੁਛ ਵੀ ਹੋਇਆ ਨਾ, ਜੇ ਕੋਈ ਬੰਦਾ ਸੜਕ 'ਤੇ ਡਿੱਗ ਵੀ ਪਿਆ ਤਾਂ ਇਹ ਨਹੀਂ ਦੇਖਣਾ ਵੀ ਇਹ ਕਿਉਂ ਡਿੱਗ ਗਿਆ, ਉਹਨੂੰ ਸੰਭਾਲਣ ਤੱਕ ਵੀ ਲੋਕ ਅੱਜ ਕੱਲ੍ਹ ਗੁਰੇਜ਼ ਕਰਨ ਨੂੰ ਹੱਟ ਕੇ ਪਹਿਲਾਂ ਵੀਡੀਓ ਬਣਾਉਣਗੇ। ਨਹੀਂ, ਪਰ ਇੱਕ ਗੱਲ ਆ ਵੀ ਜੇ ਸੋਸ਼ਲ ਮੀਡੀਆ 'ਤੇ ਇੰਨੇ ਚੈਨਲ ਬਣੇ ਜਾਂ ਹੋਣ, ਪਰ ਉਹਦਾ ਇੱਕ ਕਾਰਨ ਵੀ ਹੈ ਕਿ ਕਿਉਂਕਿ ਜਿਹੜੇ ਵੱਡੇ ਚੈਨਲ ਸੀ ਉਹ ਵੇਖ ਗਏ ਕਿਤੇ ਨਾ ਕਿਤੇ। ਤੁਸੀਂ ਆਪ ਵੀ ਕਹੋ ਦੂਰਦਰਸ਼ਨ ਨੇ ਤਾਂ ਸਰਕਾਰੀ ਖਬਰਾਂ ਲਾਉਣਾ ਸੀ, ਆਮ ਲੋਕਾਂ ਤੱਕ ਪਹੁੰਚਦੇ ਨਹੀਂ ਸੀਗਾ। ਇੱਥੇ ਤੱਕ ਅੱਜ ਗੱਲ ਕਰੀਏ ਤਾਂ ਜਦੋਂ ਕਹਿੰਦੇ ਵੀ ਅਨੰਦਪੁਰ ਸਾਹਿਬ ਦਾ ਮਤਾ ਪਿਆ ਤਾਂ ਉਦੋਂ ਉਹ ਮਤੇ 'ਚ ਇੱਕ ਇਹ ਵੀ ਮਤ ਸੀਗੀ ਕਿ ਜਿਹੜਾ ਹੈਗਾ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਹੈਗਾ ਮਤਲਬ ਸੈਂਟਰ ਗੌਰਮੈਂਟ ਇੱਕ ਦੂਰਦਰਸ਼ਨ ਲਾਵੇ ਤਾਂ ਕਿ ਸੈਟੇਲਾਈਟ ਦੇ ਥਰੂ ਪੂਰੀ ਦੁਨੀਆਂ ਦੇ ਵਿੱਚ ਗੁਰਬਾਣੀ ਪਹੁੰਚ ਸਕੇ। ਅੱਜ ਉਲਟ ਹੋ ਗਿਆ, ਅੱਜ ਯੂਟਿਊਬ ਦੇ ਥਰੂ ਹਰੇਕ ਕਹਿੰਦਾ ਵੀ ਅਸੀਂ ਚਲਾ ਸਕਦੇ ਹਾਂ ਵੀ। ਮਤਲਬ ਉਹ ਕੁਝ ਚੀਜ਼ਾਂ ਚੰਗੀਆਂ ਵੀ ਹੋਈਆਂ ਕਦੇ ਕਿਸੇ ਟਾਈਮ ਵਾਸਤੇ, ਉਹ ਚੀਜ਼ਾਂ ਆਪਾਂ ਕਹੀਏ ਉਹਨਾਂ ਵਾਸਤੇ ਬਹੁਤ ਵੱਡੀ ਗੱਲ ਸੀਗੀ, ਹੈ ਨਾ। ਪਰ ਹੁਣ ਜੇ ਦੇਖਿਆ ਜਾਵੇ ਤਾਂ ਜਿਹੜੇ ਉਹ ਜਿਹੜੇ ਜੇ ਆਪਾਂ ਕਹੀਏ ਪੰਜਾਬ 'ਚ 2 ਚੈਨਲ ਚੱਲਦੇ ਸੀ ਉਹਨੂੰ ਕੰਟਰੋਲ ਕਰਨਾ ਸਰਕਾਰ ਨੂੰ ਸੌਖਾ ਸੀਗਾ। ਜੀ ਜੀ, ਸਰਦਾਰ ਚੱਲੇ ਉਹ ਵੀ ਕੰਟਰੋਲ ਕਰਨੇ ਸੌਖੇ ਸੀ, ਪਰ ਹੁਣ ਤਾਂ ਹਰੇਕ ਜਣਾ ਖਾਣਾ ਇਹਨੂੰ ਕਿਵੇਂ ਦੇਖਦੇ ਹੋ ਵੀ ਹੁਣ ਸਰਕਾਰ ਦੇ ਆਊਟ ਆਫ ਕੰਟਰੋਲ ਵੀ ਹੋ ਜਾਂਦਾ? ਬਿਲਕੁਲ ਜੀ, ਬਿਲਕੁਲ। ਵੈਸੇ ਤਾਂ ਸਰਕਾਰ ਚਾਹੇ ਤਾਂ ਕੰਟਰੋਲ ਕਰਨ ਲੱਗੀ ਮਿੰਟ ਲਾਊ। ਹਾਂ, ਬਥੇਰੇ ਪੇਜ ਡਾ ਹੁੰਦੇ ਪਏ ਸਰਕਾਰ ਕੋਲ, ਗੈਜ਼ਟ ਬਹੁਤ ਨੇ, ਹਰੇਕ ਚੀਜ਼ ਦੀ ਸੰਗੀ ਨੱਪਣ ਲਈ ਸਰਕਾਰ ਕੋਲ ਬਹੁਤ ਸਾਧਨ ਨੇ। ਪਰ ਸਰਕਾਰ ਨੇ ਵੋਟ ਬੈਂਕ ਵੀ ਦੇਖਣਾ, ਲੋਕਾਂ ਦਾ ਸਿਸਟਮ ਵੀ ਦੇਖਣਾ ਵੀ ਯਾਰ ਜੇ ਅਸੀਂ ਇੱਦਾਂ ਕਰਦੇ ਹਾਂ ਤਾਂ ਰੌਲਾ ਪਾ, ਕਿਉਂਕਿ ਤਾਦਾਦ ਵੱਡੀ ਹੋ ਗਈ ਤੁਹਾਡੇ ਵਾਲੀ ਗੱਲ। ਅੱਜ ਕੱਲ੍ਹ ਹਰੇਕ ਬੰਦਾ ਯੂਟਿਊਬਰ ਹੈ, ਹਰੇਕ ਬੰਦਾ ਨਿਊਜ਼ ਕ੍ਰੀਏਟਰ ਬਣਿਆ ਬੈਠਾ, ਕੰਟੈਂਟ ਕ੍ਰੀਏਟਰ ਬਣਿਆ ਬੈਠਾ। ਜੇਕਰ ਸਰਕਾਰ ਇਹਨਾਂ ਚੀਜ਼ਾਂ 'ਤੇ ਸ਼ਿਕੰਜਾ ਕੱਸਦੀ ਹੈ ਤਾਂ ਲੋਕ ਉਲਟ ਬਹੁਤ ਹੋਣਗੇ। ਜਿਨ੍ਹਾਂ ਨੂੰ ਬੋਲਣ ਦੀ ਆਜ਼ਾਦੀ ਮਿਲੀ ਪਈ ਹੈ, ਜਿਨ੍ਹਾਂ ਨੂੰ ਆਪਦਾ ਗੁੱਬ ਗਲਾਟ ਕੱਢਣ ਦਾ ਮੌਕਾ ਮਿਲਿਆ ਹੋਇਆ, ਮੇਰੇ ਵਰਗੇ ਨੂੰ, ਹਰੇਕ ਬੰਦੇ ਨੂੰ ਕੈਮਰੇ ਅੱਗੇ ਆ ਕੇ, ਜੇਕਰ ਉਹਨੂੰ ਬੰਦ ਕੀਤਾ ਜਾਊਗਾ ਤਾਂ ਲੋਕਾਂ 'ਚ ਰੌਲਾ ਪੈਣਾ ਹੀ ਪੈਣਾ। ਪਰ ਇਸ ਚੀਜ਼ ਦਾ ਕਿਤੇ ਨਾ ਕਿਤੇ ਮੈਂ ਮੰਨਦਾ ਜੇਕਰ ਸੋਸ਼ਲ ਮੀਡੀਆ ਦੇ ਲੋਕਾਂ ਨੂੰ ਫਾਇਦੇ ਹੋਏ ਨੇ, ਸਿਸਟਮ ਫਾਸਟ ਹੋਣ ਨਾਲ, ਟੈਕਨੋਲੋਜੀ ਆਉਣ ਨਾਲ ਫਾਇਦੇ ਹੋਏ ਨੇ, ਤਾਂ ਸੋਸ਼ਲ ਮੀਡੀਆ ਨੇ ਜਿਹੜਾ ਹਰੇਕ ਬੰਦੇ ਨੂੰ ਕੈਮਰੇ ਅੱਗੇ ਆਉਣ ਦਾ ਮੌਕਾ ਦਿੱਤਾ ਨੇ, ਇਹਦੇ ਕਿਤੇ ਨਾ ਕਿਤੇ ਨੁਕਸਾਨ ਵੀ ਹੈ ਵੀ ਲੋਕ ਸੱਚਾਈ ਤੋਂ ਪਾਸੇ ਹਟ ਕੇ ਝੂਠ ਵੱਧ ਵੇਖਣ ਲੱਗ ਗਿਆ। ਨਹੀਂ, ਫਿਰ ਮੰਨ ਲਓ ਹੁਣ ਲਾਸਟ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ, ਜੋ ਵੀ ਮੰਨ ਲਓ ਅੱਜ ਬੰਦਾ ਖਬਰਾਂ ਦੇਖਦਾ, ਖਾਸ ਕਰਕੇ ਖਬਰਾਂ ਦਾ ਇਹ ਇੱਕ ਦੋ ਤਰ੍ਹਾਂ ਦਾ ਮੀਡੀਆ ਵੀ ਹੈ। ਇੱਕ ਤਾਂ ਹੈਗਾ ਮੰਨ ਲਓ ਜਿਹੜਾ ਧਰਾਤਲ 'ਤੇ ਜਾਂਦਾ, ਗਰਾਊਂਡ 'ਤੇ ਜਾਂਦਾ, ਹੈ ਨਾ ਜੀ, ਗਰਾਊਂਡ 'ਤੇ ਜਾ ਕੇ ਦੇਖਦਾ ਵੀ ਕੀ ਹੋ ਰਿਹਾ, ਉੱਥੋਂ ਖਬਰ ਦਿੰਦਾ। ਇੱਕ ਬੰਦੇ ਬੈਠੇ ਆਪਣੇ ਵਾਂਗੂ ਏਸੀਆਂ 'ਚ, ਮੰਨ ਲਾ
ਖਾਸ ਕਰਕੇ ਮੈਂ ਕੈਨੇਡਾ ਗਿਆ ਜਾਂ ਕਈ ਬਾਹਰਲੇ ਚੈਨਲ ਦੇਖਣਾ, ਉਹਨਾਂ ਕੋਲ ਤਾਂ ਰਿਪੋਰਟਰ ਹੀ ਕੋਈ ਨਹੀਂ ਜੀ ਜੀ, ਉਹਨਾਂ ਨੇ ਤਾਂ ਚਾਰ ਖਬਰਾਂ ਚੱਕਣੀਆਂ ਆਸੇ ਪਾਸੇ ਪੜ੍ਹਨੀਆਂ, ਫਲਾਨੀ ਚੀਜ਼ ਪੰਜਾਬ 'ਚ ਰੌਲਾ ਪਿਆ, ਉਦੋਂ ਬਾਅਦ ਦੇ 15-20 ਮਿੰਟ ਵਲਗਰ ਲੈਂਗੁਏਜ ਯੂਜ ਕਰਨੀ ਇਹੋ ਜਿਹੀ ਭੈੜੀ ਭੈੜੀ ਸ਼ਬਦ ਵਾਲੀ, ਅਤੇ ਲੋਕ ਵੀ ਉਹਨਾਂ ਨੂੰ ਦੇਖਣ ਵਾਲੇ ਬਹੁਤ ਵੱਡੇ, ਕਿਉਂਕਿ ਅੱਜ ਕੱਲ੍ਹ ਲੋਕਾਂ ਦੀ ਜ਼ਿਆਦਾਤਰ ਸੱਭਿਅਕ ਲੈਂਗੁਏਜ ਰਹੀ ਵੀ ਨਹੀਂ, ਅਤੇ ਫਿਰ ਉਹ ਦੇਹ ਤਰੇ ਦੀ ਲਾਇ ਤਰੇ ਜੋ ਉਹਨਾਂ ਦੇ ਮੂੰਹ 'ਚ ਆਉਂਦਾ ਬਸ ਦੱਬੀ ਤੁਰੀ ਉਹਨਾਂ ਦਾ, ਅਤੇ ਮਤਲਬ ਇੱਦਾਂ ਇਹ ਇਹਨੂੰ ਕਿਵੇਂ ਦੇਖਦੇ ਹੋ ਇਹ ਚੀਜ਼ ਨੂੰ, ਸਾਰੀ ਚੀਜ਼ ਨੂੰ ਵੀ ਜਿਸ ਤਰ੍ਹਾਂ ਵੀ ਲੋਕ ਬਿਨਾਂ ਉੱਥੇ ਪਹੁੰਚੇ ਤੋਂ ਆਪ ਹੀ ਜਿਹੜਾ ਹੈਗਾ ਅੰਦਾਜ਼ੇ ਦੇਈ ਜਾਂਦੇ ਰਹਿੰਦੇ ਲੋਕਾਂ ਨੂੰ? ਸ਼ਾਇਦ ਇਸੇ ਚੀਜ਼ ਨੇ ਪੱਤਰਕਾਰਤਾ ਨੂੰ ਕਾਫੀ ਡਾਊਨਫਾਲ 'ਤੇ ਲੈ ਕੇ ਆਉਂਦਾ, ਜਿਹੜੇ ਜਦੋਂ ਗੱਲ ਉੱਥੇ ਵੀ ਆਉਂਦੀ ਹੈ ਜਦੋਂ ਤਨਖਾਹਾਂ ਖਰਚੇ ਘੱਟ ਹੁੰਦੇ ਹੈ ਤਾਂ ਰਿਪੋਰਟਰ ਵੀ ਸੋਚਦਾ ਵੀ ਯਾਰ ਕਿਉਂ ਨਾ ਮੈਂ ਏਸੀ ਵਾਲੇ ਕਮਰੇ 'ਚ ਬੈਠ ਕੇ ਇੱਧਰੋਂ ਫੋਨ ਕਰਾਂ ਜਾਣਕਾਰੀ ਲੈ ਲਾਂ, ਇੱਧਰੋਂ ਫੋਨ ਕਰਾਂ ਜਾਣਕਾਰੀ ਲੈ ਲਾਂ, ਅਤੇ ਮੈਂ ਇੱਥੇ ਬੈਠਾ ਸਾਰ ਦਿਆਂ ਮੇਰਾ ਪੈਟਰੋਲ ਬਚ ਜੂ ਕਿਉਂਕਿ ਤਨਖਾਹ ਘੱਟ ਆ। ਜਦੋਂ ਅਸੀਂ ਗਰਾਊਂਡ ਤੱਕ ਨਹੀਂ ਪਹੁੰਚਾਂਗੇ, ਗਰਾਊਂਡ ਜ਼ੀਰੋ 'ਤੇ ਨਹੀਂ ਜਾਵਾਂਗੇ, ਫੀਲਡ 'ਚ ਨਹੀਂ ਜਾਵਾਂਗੇ, ਸਾਡੇ ਕੋਲ ਪ੍ਰੋਪਰ ਜਾਣਕਾਰੀ ਨਹੀਂ, ਅਸੀਂ ਗਲਤ ਨਸ਼ਰ ਕਰਾਂਗੇ ਜੋ ਕਰਾਂਗੇ। ਇਹੀ ਕਾਰਨ ਹੈ ਇੱਕ ਵੀ ਪੱਤਰਕਾਰਤਾ 'ਚ ਕੁਛ ਨਿਗਾਰ ਆਇਆ, ਇਹੀ ਕਾਰਨ ਹੈ ਜਿਹੜੇ ਯੂਟਿਊਬਰ ਪੱਤਰਕਾਰ ਬਣ ਗਏ। ਅਸਲ ਦੇ ਵਿੱਚ ਯੂਟਿਊਬ ਤੋਂ ਕਾਫੀ ਮਤਲਬ ਪੱਤਰਕਾਰ ਮਤਲਬ ਕੈਮਰਾਮੈਨ ਦੀ ਤਨਖਾਹ ਤੁਸੀਂ ਮੰਨਦੇ ਹੋ ਵੀ ਠੀਕ ਆ, ਵੀ ਇੰਨੀ ਰਹੀ ਵੀ ਭੁੱਖੇ ਮਰਨ ਦਿੱਤਾ, ਠੀਕ ਹੈ ਜੀ, ਅਤੇ ਅਮੀਰ ਕਦੇ ਹੋਣ ਦਿੱਤਾ ਮਤਲਬ, ਹੈ ਨਾ ਜੀ। ਅਤੇ ਜੇ ਗੱਲ ਕਰੀਏ ਤਾਂ ਨਿਊਜ਼ ਰਿਪੋਰਟਰਾਂ ਦੀ ਕਿੰਨੀ ਕੁ ਤਨਖਾਹ ਆਉਂਦੀ ਸੀ? ਨਿਊਜ਼ ਰਿਪੋਰਟਰ ਦੀ ਠੀਕ ਹੈ ਤੁਹਾਡੇ ਤੋਂ, ਉਹਨਾਂ ਨੂੰ ਤਾਂ ਕੁਛ ਹੱਦ ਤੱਕ, ਕਿਉਂਕਿ ਉਹਨਾਂ ਨੂੰ ਹੋਰ ਖਰਚੇ ਵਗੈਰਾ ਮਿਲ ਜਾਂਦੇ ਸੀ। ਰਿਪੋਰਟਰ ਦੀ ਵੈਸੇ ਵੀ ਤਨਖਾਹ ਚੰਗੀ ਹੁੰਦੀ ਸੀ, ਕੈਮਰਾਮੈਨ ਨਾਲੋਂ ਡਬਲ ਕਹਿ ਸਕਦੇ ਹਾਂ ਆਪਾਂ, ਪਲੱਸ ਉਹਨਾਂ ਨੂੰ ਹੋਰ ਖਰਚੇ ਅਲਾਈਂਸ ਵਗੈਰਾ ਮਿਲ ਜਾਂਦੇ ਸੀ, ਕਿਉਂਕਿ ਕੈਮਰਾਮੈਨ ਨੂੰ ਤਾਂ ਕੁਛ ਨਹੀਂ ਮਿਲਣਾ ਕਿਉਂਕਿ ਉਹਨੇ ਤਾਂ ਰਿਪੋਰਟਰ ਦੇ ਨਾਲ ਜਾਣਾ, ਅਤੇ ਜੇ ਕੋਈ ਬਿੱਲ ਵਗੈਰਾ ਪੈਣੇ ਵੀ ਆ ਤਾਂ ਉਹ ਖਰਚਾ ਰਿਪੋਰਟਰ ਨੇ ਕਰਨਾ ਅਤੇ ਉਸੇ ਨੂੰ ਬਿੱਲ ਮਿਲ ਜਾਣੇ, ਅਤੇ ਨਾ ਕੈਮਰਾਮੈਨ ਨੂੰ ਪੈਟਰੋਲ ਮਿਲਣਾ, ਨਾ ਕੈਮਰਾਮੈਨ ਨੂੰ ਗੱਡੀ ਮਿਲਣੀ, ਨਾ ਕੈਮਰਾਮੈਨ ਨੂੰ ਮੋਬਾਈਲ ਦਾ ਬਿੱਲ ਮਿਲਣਾ, ਜਦਕਿ ਰਿਪੋਰਟਰ ਨੂੰ ਸਾਰਾ ਕੁਛ ਦਿੱਤਾ ਜਾਂਦਾ। ਅਤੇ ਅੱਜ ਕੱਲ੍ਹ ਫਿਰ ਵਧੀਆ ਨਾ ਆਪ ਹੀ ਰਿਪੋਰਟਰ ਆਪ ਹੀ ਕੈਮਰਾ ਆਪ ਹੀ ਕੈਮਰਾਮੈਨ, ਸੋ ਮੰਨ ਲਓ ਕਿ ਜੇ ਦੇਖਿਆ ਜਾਵੇ ਹੋਰ ਵਾਲੇ ਗੱਲ ਆ ਵੀ ਜਿਹੜਾ ਹੈਗਾ ਆਰਥਿਕ ਤੌਰ 'ਤੇ ਅੱਜ ਕੱਲ੍ਹ ਜਿਹੜੇ ਹੈਗਾ ਅੱਜ ਕੱਲ੍ਹ ਦੇ ਯੂਟਿਊਬਰ ਸੰਪੰਨ ਹੋਏ ਆ, ਪੈਸਾ ਇਹਨਾਂ ਨੂੰ ਜ਼ਰੂਰ ਮਿਲਣ ਲੱਗਿਆ, ਠੀਕ ਹੈ, ਅਤੇ ਪਰ ਉਹਨਾਂ ਇਹ ਵੀ ਹੈ ਵੀ ਜਿੰਨਾ ਜਿਹੜੇ ਹਿਸਾਬ ਨਾਲ ਖਬਰਾਂ ਇੱਦਾਂ ਲੱਗਦੀਆਂ ਬਿਨਾਂ ਦੂਜੇ ਦਾ ਪੱਖ ਲਏ, ਇਹ ਖਤਰਨਾਕ, ਇਹ ਸਮਾਜ ਲਈ ਘਾਤਕ, ਇੱਕ ਤਰ੍ਹਾਂ ਦੀ ਬਲੈਕਮੇਲਿੰਗ ਹੀ ਹੈ, ਬਲੈਕਮੇਲਿੰਗ ਵੀ ਹੈ, ਸਮਾਜ ਲਈ ਨੁਕਸਾਨਦੇਹ ਵੀ ਹੈ, ਲੋਕ ਸੱਚਾਈ ਤੋਂ ਪਰਾਂ ਹਟਦੇ ਜਾਂਦੇ ਆ, ਜਿੰਨਾ ਚਿਰ ਸੱਚਾਈ ਸੱਚ ਨਹੀਂ ਪਹੁੰਚੂਗਾ ਵੀ ਜੇਕਰ ਕਿਸੇ ਬੰਦੇ ਨੇ ਕਿਸੇ ਖਿਲਾਫ਼ ਕੋਈ ਗੱਲ ਕਹੀ ਹੈ ਤਾਂ ਉਹਦਾ ਅਸਲ ਕਾਰਨ ਕੀ ਹੈ? ਜਿੰਨਾ ਚਿਰ ਅਸੀਂ ਦੋਵੇਂ ਪੱਖ ਨਹੀਂ ਲਵਾਂਗੇ, ਪ੍ਰੋਪਰ ਸੱਚ ਨਹੀਂ ਹੈ, ਉਹ ਲੋਕਾਂ ਕੋਲ ਪਹੁੰਚਣਾ ਖਤਮ ਹੋ ਗਿਆ। ਠੀਕ ਹੈ, ਯੂਟਿਊਬਰਾਂ ਦੇ ਆਉਣ ਨਾਲ, ਯੂਟਿਊਬ ਦੇ ਆਉਣ ਨਾਲ ਜਿਹੜੇ ਕੈਮਰਾਮੈਨ ਸੀਗੇ ਉਹਨਾਂ ਨੂੰ ਤਾਂ 2 ਰੁਪਏ ਚੰਗੇ ਮਨ ਲੱਗ ਗਏ, ਪਰ ਕਿਤੇ ਨਾ ਕਿਤੇ ਲੋਕ ਸੱਚਾਈ ਤੋਂ ਪਰੇ ਹੋ ਗਏ। ਬਾਕੀ ਇਹ ਆ ਵੀ ਸਾਡੇ ਤਾਂ ਇਹੀ ਕਹਿ ਸਕਦੇ ਵੀ ਤੁਸੀਂ ਜੇਕਰ ਕੋਈ ਖਬਰ ਲਾਉਣੀ ਹੈ ਭਾਈ ਤਾਂ ਜ਼ਰੂਰ ਦੋਨੇ ਪਹਿਲੂ ਜੀ ਵਿਚਾਰਨੇ ਚਾਹੀਦੇ ਆ, ਕਿਉਂਕਿ ਅਸੀਂ ਦੇਖਦੇ ਹਾਂ ਵੀ ਇਕੱਠ ਕਿੱਧਰਲੇ ਪਾਸੇ ਵੱਧ ਹੈ, ਜਿੰਦਾਬਾਦ ਮੁਰਦਾਬਾਦ ਕਿਹੜੇ ਪਾਸੇ, ਜਿੱਧਰਲੇ ਪਾਸੇ ਜਿੰਦਾਬਾਦ ਮੁਰਦਾਬਾਦ ਉਧਰਲੇ ਪਾਸੇ ਪੱਤਰਕਾਰ ਹੋ ਜਾਂਦਾ, ਉਹ ਇੱਕ ਹੋਰ ਬੰਦਾ ਐਡ ਹੋ ਗਿਆ ਅਤੇ ਦੂਜਾ ਜਮ੍ਹਾਂ ਖੁੰਜੀ ਲੱਗ ਜਾਂਦਾ, ਹੈ ਨਾ ਜੀ ਜੀ। ਸੋ ਤੁਸੀਂ ਸਮਾਜ ਤਾਂ ਬਹੁਤ ਬਹੁਤ ਧੰਨਵਾਦ, ਥੈਂਕ ਯੂ ਜੀ। ਸੋ ਆਸ ਕਰਦੇ ਹਾਂ ਤੁਹਾਨੂੰ ਅੱਜ ਦਾ ਪੋਡਕਾਸਟ ਵਧੀਆ ਲੱਗਿਆ ਹੋਣਾ, ਆਪਦੇ ਵਿਚਾਰ ਜਿਹੜੇ ਇਸ ਲਈ ਕਮੈਂਟਾਂ 'ਚ ਦੇ ਸਕਦੇ ਹੋ, ਧੰਨਵਾਦ।